ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫੋਰ ਜੁਆਇਨਿੰਗ ਮੀ। ਹਮੇਸ਼ਾ ਦੀ ਤਰ੍ਹਾਂ ਕਮਿਟਮੈਂਟ ਘੰਟੇ ਦੀ, ਆਈ ਨੋ ਤੁਹਾਡੀ ਘੰਟੇ ਦੀ ਹੈ, ਮੇਰੀ ਥੋੜ੍ਹੀ ਜ਼ਿਆਦਾ ਹੈ, ਬਟ ਡੈਫੀਨੇਟਲੀ ਬੜੀ ਵਾਰੀ ਯੂ ਨੋ ਕਹਿਣਾ ਚਾਹੁੰਦੀ ਹਾਂ, ਨਹੀਂ ਕਿਹਾ ਜਾਂਦਾ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਥੈਂਕ ਯੂ ਸੋ ਮੱਚ ਕਿ ਇੰਨੇ ਸਾਲਾਂ ਤੋਂ ਤੁਸੀਂ ਮੇਰੇ ਨਾਲ ਹੋ, ਇਸ ਪ੍ਰੋਗਰਾਮ ਰਾਹੀਂ ਬੜਿਆਂ ਨੂੰ ਤੁਸੀਂ ਰੀਚ ਆਊਟ ਕਰ ਰਹੇ ਹੋ ਔਰ ਕਈਆਂ ਦੀ ਸਿਚੁਏਸ਼ਨ ਨੂੰ ਇੱਕ ਇਨਸਾਈਟ, ਇੱਕ ਕਹਿੰਦੇ ਨਾ ਅੰਦਰੋਂ ਇੱਕ ਧਿਆਨ ਆਉਣਾ ਕਿ ਹਾਂ ਇਹ ਵੀ ਹੋ ਸਕਦਾ, ਕਿਉਂਕਿ ਅਸੀਂ ਇੰਡੀਵਿਜੁਅਲੀ ਜਿਸ ਤਰ੍ਹਾਂ ਸਾਡੀ ਬ੍ਰਿੰਗਿੰਗ ਅਪ ਹੈ, ਜਿਸ ਤਰ੍ਹਾਂ ਸਾਡਾ ਐਕਸਪੀਰੀਅੰਸ ਹੈ, ਸਾਡੀ ਸੋਚ ਕਿਸੇ ਨਾ ਕਿਸੇ ਜਗ੍ਹਾ 'ਤੇ ਰੁਕ ਜਾਂਦੀ ਹੈ। ਉਸ ਤੋਂ ਅੱਗੇ ਕੋਈ ਨਾ ਕੋਈ ਹੋਰ ਐਕਸਪੀਰੀਅੰਸ ਚਾਹੀਦਾ ਟੂ ਐਕਸਪੈਂਡ ਦੈਟ। ਸੋ ਇਹ ਮੌਕਾ ਜਿਹੜਾ ਸਾਡਾ ਯੂ ਨੋ ਹੈਗਾ ਇਸ ਇਕੱਠੇ ਹੋ ਕੇ ਬੈਠ ਕੇ ਇੱਕ ਦੂਜੇ ਦੀ ਸੋਚ ਨੂੰ ਐਕਸਪੈਂਡ ਕਰਨ ਦਾ, ਗਰੁੱਪ ਕੌਨਸ਼ੀਅਸਨੈਸ ਨੂੰ ਐਲੀਵੇਟ ਕਰਨ ਦਾ, ਇੱਕ ਇਕੱਠੇ ਹੋ ਕੇ ਇੱਕ ਕੌਨਸ਼ੀਅਸਨੈਸ ਨੂੰ ਉੱਚਾ ਕਰਨਾ ਵੀ ਹਾਂ ਨਹੀਂ ਕਿਸ ਤਰ੍ਹਾਂ ਕਰਨਾ ਚਾਹੀਦਾ, ਜਿਹਦੇ ਨਾਲ ਆਪਣੇ ਮਨ ਦੀ ਵੀ ਸ਼ਾਂਤੀ ਰਹੇ ਔਰ ਖੁਦਗਰਜ਼ੀ ਨਹੀਂ, ਸਭ ਦੇ ਮਨ ਦੀ ਸ਼ਾਂਤੀ ਰਹੇ, ਜਿਹੜੀ ਕਿ ਅਫਕੋਰਸ ਗਰੰਟੀ ਅਸੀਂ ਨਹੀਂ ਕਰ ਸਕਦੇ, ਪਰ ਜੋ ਬੈਸਟ ਹੈ ਆਪਣੇ ਵੱਲੋਂ ਉਹ ਕਿਵੇਂ ਕਰ ਸਕਦੇ ਹਾਂ, ਸੋਸ਼ਲ ਪੁਆਇੰਟ ਆਫ ਵਿਊ ਨਾਲ ਕੀ ਬਿਹਤਰ ਹੋਏਗਾ, ਕੀ ਬੈਸਟ ਰਹੇਗਾ, ਉਹ ਅਸੀਂ ਇੱਥੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਬੜੇ ਸਾਰੇ ਜਵਾਨ ਡਿਫਰੈਂਟ ਏਜਿਸ ਦੇ ਬੰਦੇ ਸਾਨੂੰ ਅਪਰੋਚ ਕਰਦੇ ਨੇ ਔਰ ਅੱਜ ਇੱਕ ਬੜਾ ਯੰਗ ਯੂ ਨੋ ਬੰਦਾ ਜਿਹਨੇ ਸਾਨੂੰ ਕਾਲ ਕੀਤੀ ਹੈ, ਈਮੇਲਸ ਲਿਖੀਆਂ, ਕਾਲ 'ਤੇ ਗੱਲ ਹੋਈ। ਆਈ ਐਮ ਸੋ ਗ੍ਰੇਟਫੁਲ ਐਜ਼ ਆਲਵੇਜ਼। ਮੈਂ ਹਮੇਸ਼ਾ ਕਹਿੰਦੀ ਹਾਂ ਮਿਡਲ ਆਫ ਦ ਡੇ ਦਾ ਸ਼ੋਅ ਹੈਗਾ, ਸਾਡੇ ਨਾਲ ਇੱਕ ਲਿਮਿਟੇਸ਼ਨ ਹੈਗੀ ਹੈ ਕਿ ਕੌਣ ਲਾਈਵ ਜੁੜ ਸਕਦਾ, ਬਟ ਜਿਹੜੇ ਰਿਕਾਰਡਡ ਪ੍ਰੋਗਰਾਮਸ ਵੀ ਦੇਖਦੇ ਨੇ ਉਹ ਵੀ ਰੀਚ ਆਊਟ ਕਰਦੇ ਨੇ, ਅਤੇ ਬੜਾ ਅੱਛਾ ਲੱਗਦਾ ਕਿ ਤੁਹਾਡੀ ਕ੍ਰੈਡੀਬਿਲਟੀ, ਕਿ ਤੁਸੀਂ ਸਾਰੇ ਜਿਹੜੀ ਇੱਕ ਪਰਿਵਾਰ ਵਾਕਣ ਬੈਠ ਕੇ ਇੱਕ ਜੈਨੂਇਨਲੀ ਸੋਚ ਕੇ ਕਿ ਮੈਂ ਉਸ ਸਿਚੁਏਸ਼ਨ 'ਚ ਹੋਵਾਂ ਅਤੇ ਕੀ ਕਰਾਂ। ਸੋ ਅਸੀਂ ਕੋਈ ਰਾਈਟ ਰੋਂਗ ਦੇ ਚੱਕਰ 'ਚ ਜਾਂ ਜਜਮੈਂਟ ਕਰਨ ਦੇ ਚੱਕਰ 'ਚ ਇੱਥੇ ਨਹੀਂ ਬੈਠੇ ਹੋਏ ਵੀ ਕੌਣ ਰਾਈਟ ਕਰ ਰਿਹਾ, ਕੌਣ ਰੋਂਗ ਕਰ ਰਿਹਾ, ਬਟ ਇੱਕ ਜਸਟ ਬਹੁਤ ਆਪਣਾ ਸਮਝ ਕੇ ਕਿ ਹਾਂ ਅਗਰ ਖੁਦਾ ਨਾ ਖਾਸਤਾ ਮੈਂ ਉਸ ਸਿਚੁਏਸ਼ਨ 'ਚ ਹੁੰਦਾ ਤਾਂ ਕੀ ਕਰਾਂਗਾ। ਸੋ ਉਸੇ ਤਰ੍ਹਾਂ ਅੱਜ ਦਾ ਜਿਹੜਾ ਸਵਾਲ ਹੈ ਇਹ ਬੜੇ ਪਿਆਰ ਨਾਲ, ਮੈਨੂੰ ਬੜਾ ਅੱਛਾ ਲੱਗਿਆ ਜਦੋਂ ਇਹਨਾਂ ਨੇ ਸ਼ੇਅਰ ਕੀਤਾ ਔਰ ਜਿਵੇਂ ਇਹਨਾਂ ਨੇ ਲਿਖਿਆ ਮੈਂ ਐਗਜੈਕਟਲੀ ਉਹ ਦੱਸਦੀ ਹਾਂ। ਕਹਿੰਦੇ ਕਿ ਮੈਂ ਮੇਰੀ ਮਾਈ ਲਵਲੀ ਵਾਈਫ ਇਜ਼ ਫਰੋਮ ਇੰਡੀਆ, ਸੋ 4 ਸਾਲ ਹੋਏ ਨੇ ਵਿਆਹ ਨੂੰ, ਵਿਆਹ ਕੇ ਇੰਡੀਆ ਤੋਂ ਵਾਈਫ ਲੈ ਕੇ ਆਏ ਨੇ, ਕਹਿੰਦੇ ਨੇ ਬਹੁਤ ਪਿਆਰ ਕਰਦਾ, ਉਹ ਵੀ ਮੈਨੂੰ ਬੜੀ ਪਿਆਰ ਕਰਦੀ ਹੈ, ਸੋ ਵੀ ਆਰ ਵੈਰੀ ਗੁੱਡ ਟੂਗੈਦਰ, ਸਾਡੀ ਆਪਸ 'ਚ ਬੜੀ ਬਣਦੀ ਹੈ, ਵਾਹਿਗੁਰੂ ਨੇ ਸਾਨੂੰ, ਮੈਨੂੰ ਲੱਗਦਾ ਹੈ ਕਿ ਬੜੀ ਉਹਨਾਂ ਦੀ, ਫਿਰ ਕਿਸੇ ਹੋਰ ਵੇਲੇ ਸ਼ੇਅਰ ਕਰਾਂਗੇ ਕਿ ਟਾਈਮ ਨਿਕਲ ਜਾਂਦਾ ਹੈ, ਉਹ ਇੰਪੋਰਟੈਂਟ ਨਹੀਂ ਹੈ ਇਸ ਵੇਲੇ, ਪਰ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰੀ ਉਹਨਾਂ ਨੇ ਇਕੱਠੇ ਹੋਣਾ ਸੀ, ਇਸੇ ਪਿੱਛੇ ਉਹਨਾਂ ਨੂੰ ਕੋਈ ਸਬੱਬ ਬਣਿਆ, ਕੋਈ ਬੰਦਾ ਜਾਣਦਾ ਜਿਹਦੇ ਕਰਕੇ ਜਿੱਥੇ ਉਹ ਨਹੀਂ ਵੀ ਹੋਣਾ ਸੀ ਉਹਨਾਂ ਨੇ ਉੱਥੇ ਉਸ ਜਗ੍ਹਾ 'ਤੇ ਪਹੁੰਚੇ ਔਰ ਆਪਣੀ ਜਿਹੜੀ ਵਾਈਫ ਮਿਲੀ ਉਹਨਾਂ ਨੂੰ। ਸੋ ਹੀ ਬਿਲੀਵਸ ਇਨ ਡੈਸਟਨੀ ਕਿ ਇਹ ਵਾਈਫ ਉਹਨਾਂ ਦੀ ਮੇਡ ਫੋਰ ਈਚ ਅਦਰ ਸੀਗੇ ਐਂਡ ਦੈਨ ਰੱਬ ਨੇ ਐਸਾ ਕੁਛ ਸਬੱਬ ਬਣਾਇਆ ਕਿ ਉਹਨਾਂ ਨਾਲ ਮੁਲਾਕਾਤ ਹੋਈ। ਸੋ 4 ਸਾਲ ਤੋਂ ਉਹ ਇੱਥੇ ਵਾਈਫ ਆਈ ਹੋਈ ਹੈ, ਪਰ ਕਹਿੰਦੇ 2 ਸਾਲ ਪਹਿਲੇ ਫਾਦਰ ਇਨ ਲਾਅ ਦੀ ਡੈਥ ਹੋ ਗਈ। ਫਾਦਰ ਇਨ ਲਾਅ ਬਹੁਤ ਹੀ ਨੇਕ ਇਨਸਾਨ, ਬਹੁਤ ਹੀ ਪਿਆਰ ਵਾਲੇ, ਬਹੁਤ ਸੂਝਦਾਰ, ਕਹਿੰਦੇ ਨੇ ਬਹੁਤ ਸਮਝਦਾਰ, ਇਸ ਤਰ੍ਹਾਂ ਦੇ ਸੀ। ਮੈਂ ਆਈ ਹੈਡ ਅ ਲੋਟ ਆਫ ਰਿਸਪੈਕਟ ਫੋਰ ਹਿਮ। 2 ਸਾਲ ਪਹਿਲੇ ਉਹਨਾਂ ਦੀ ਡੈਥ ਹੋ ਗਈ ਹੈ। ਮੈਂ ਆਈ ਰੀਅਲੀ ਫੀਲ ਕਿ ਮੇਰੇ ਯੂ ਨੋ ਅਗਰ ਮੈਂ ਵਾਈਫ ਵਾਸਤੇ ਬਹੁਤ, ਮੈਨੂੰ ਬੁਰਾ ਲੱਗਦਾ ਹੈ ਕਿ ਆਪਣੇ ਪਿਓ ਦਾ ਚਲੇ ਜਾਣਾ ਕਿੰਨਾ ਉਹਨਾਂ ਨੂੰ ਮਹਿਸੂਸ ਹੁੰਦਾ, ਔਰ ਮੈਂ ਉਹ ਚੀਜ਼ ਸੇਮ ਮਹਿਸੂਸ ਨਹੀਂ ਕਰ ਸਕਦਾ, ਬਟ ਮੈਂ ਉਹਨੂੰ ਪੂਰੀ ਸਪੋਰਟ ਦੇਣ ਦੀ ਕੋਸ਼ਿਸ਼ ਕਰਦਾ। ਕਹਿੰਦੇ 2 ਸਾਲਾਂ ਤੋਂ ਅਸੀਂ ਬਹੁਤ, ਆਈ ਵਾਜ਼ ਸੋ ਯੂ ਨੋ ਫੀਲਿੰਗ ਬੈਡ ਫੋਰ ਮਾਈ ਵਾਈਫ, ਅਤੇ ਅਸੀਂ ਵੀ ਵੈਂਟ ਆਊਟ ਆਫ ਆ ਵੇ ਕਿ ਵਾਈਫ ਦੇ ਮਦਰ ਅਤੇ ਉਹਨਾਂ ਦੀ ਜਿਹੜੀ ਡਾਟਰ ਹੈ, ਦੂਸਰੀ ਡਾਟਰ ਹੈ ਵਾਈਫ ਦੀ ਸਿਸਟਰ, ਉਹ ਉਹਨਾਂ ਨੂੰ ਕਿਸੇ ਤਰ੍ਹਾਂ ਇੱਥੇ ਲੈ ਆਈਏ ਤਾਂ ਕਿ ਉਹਨਾਂ ਨੂੰ ਵੀ ਥੋੜ੍ਹੀ ਸਪੋਰਟ ਮਿਲੇ। ਇਹਨਾਂ ਕੋਲ ਵਾਈਫ ਦੇ 2 ਭੈਣਾਂ ਅਤੇ 1 ਭਰਾ ਹੈ, ਭਰਾ ਵਿਆਹਿਆ ਹੋਇਆ ਹੈ, ਉਹ ਵੀ ਇੰਡੀਆ ਸੈਟਲਡ ਹੈ ਕਿਤੇ ਹੋਰ ਕਿਸੇ ਸ਼ਹਿਰ ਦੇ ਵਿੱਚ, ਅਤੇ ਫਾਦਰ ਇਨ ਲਾਅ ਦੇ ਜਾਣ ਦੇ ਬਾਅਦ ਮਦਰ ਇਨ ਲਾਅ ਅਤੇ ਇਹਨਾਂ ਦੀ ਸਾਲੀ ਜਿਹੜੀ ਹੈ ਉਹ ਇਕੱਲੇ ਰਹਿ ਗਏ ਘਰ 'ਚ। ਕਹਿੰਦੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਦੋਨਾਂ ਨੂੰ ਇੱਥੇ ਲੈ ਕੇ ਆਈਏ, ਟੂਰਿਸਟ ਵੀਜ਼ਾ ਦੇ ਉੱਤੇ ਮਿਲ ਗਿਆ ਉਹਨਾਂ ਨੂੰ ਟੂਰਿਸਟ ਵੀਜ਼ਾ ਅਤੇ ਉਹ ਲੈ ਕੇ ਆਏ। ਪਿਛਲੇ 2 ਸਾਲਾਂ ਦੇ ਵਿੱਚ
ਉਹ ਤਿੰਨ ਵਾਰੀ ਆ ਚੁੱਕੇ ਨੇ ਦੋਨੋਂ ਮਾਵਾਂ ਤੀਆਂ, ਤਿੰਨ ਤੀਜੇ ਟ੍ਰਿਪ ਤੋਂ ਬਾਅਦ ਹੁਣੇ ਉਹ ਵਾਪਸ ਗਏ ਨੇ। ਸੋ ਕਹਿੰਦੇ ਨੇ ਕਿ ਮਦਰ ਦੀ ਜਿਹੜੀ ਪਰਸਨੈਲਿਟੀ ਹੈ ਉਹ ਬੜੀ ਥੋੜ੍ਹੀ, ਸ਼ੀ ਇਜ਼ ਅ ਪਰਸਨੈਲਿਟੀ, ਮਤਲਬ ਦੈਟਸ ਵਟ ਹੀ ਇਜ਼ ਰਿਟਨ, ਕਿ ਮੈਂ ਕੀ ਕਹਾਂ ਉਹਨਾਂ ਦੇ, ਬੜੇ ਆਊਟਸਪੋਕਨ ਨੇ, ਕ੍ਰਿਟੀਕਲ ਨੇ ਬਹੁਤ, ਕੁਛ ਵੀ ਅਗਰ ਦੇਖਦੇ ਨੇ ਇੱਕ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਕੀ ਕਹਿ ਰਹੇ ਨੇ, ਐਂਡ ਬਹੁਤ ਹਰ ਚੀਜ਼ ਦੇ ਵਿੱਚ ਉਹਨਾਂ ਨੂੰ ਨੈਗੇਟਿਵਿਟੀ ਦਿਖਦੀ ਹੈ, ਗਲਤ ਚੀਜ਼ ਦਿਖ ਪਹਿਲੇ ਦਿਖਦੀ ਹੈ, ਪਰ ਬੜੇ ਆਊਟਸਪੋਕਨ ਹੈ, ਬਹੁਤ ਗੁਰਦੁਆਰੇ ਨੇੜੇ ਤੇੜੇ, ਸਾਨੂੰ ਇੰਨੇ ਬੰਦੇ ਨਹੀਂ ਜਾਣਦੇ ਜਿਹੜੇ ਉਹਨਾਂ ਨੂੰ ਯੂ ਨੋ ਨੇੜੇ ਤੇੜੇ ਜਾਣਨ ਲੱਗ ਗਏ, ਬਹੁਤ ਸਾਰਿਆਂ ਨਾਲ ਮਿਲਦੇ ਕਰਦੇ ਹਾਂ, ਪਰ ਘਰ ਦੇ ਵਿੱਚ ਮੇਨ ਉਹਨਾਂ ਦਾ ਹੋਏਗਾ ਕਿ ਕੋਈ ਚੀਜ਼ ਤੁਸੀਂ ਕਰੋ ਤਾਂ ਕਹਿਣਗੇ ਕਿ ਇੰਜ ਨਹੀਂ, ਇੰਜ ਹੋਣੀ ਚਾਹੀਦੀ ਸੀ, ਇਹ ਕਿਉਂ ਨਹੀਂ ਕਰਦੇ ਤੁਸੀਂ, ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਸੋ ਸ਼ੀ ਇਜ਼ ਵੈਰੀ ਕ੍ਰਿਟੀਕਲ, ਜਿਹੜੀ ਕਿ ਮੇਰੀ ਵਾਈਫ ਵੀ ਸਮਝਦੀ ਹੈ, ਔਰ ਵਾਈਫ ਨੂੰ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਮੈਂ ਤਾਂ ਪੂਰਾ ਟਾਈਮ ਉਹਨਾਂ ਨਾਲ ਇਸ ਕਨਵਰਸੇਸ਼ਨ 'ਚ ਹੁੰਦਾ ਨਹੀਂ, ਬਟ ਮੈਂ ਦੇਖਦਾ ਕਿ ਉਹ ਬਹੁਤ ਜ਼ਿਆਦਾ ਕਿਸੇ ਨੂੰ ਵੀ ਥੱਲੇ ਉਹ ਕਰ ਦੇਣ ਕਿ ਵੀ ਜਿਵੇਂ ਤੈਨੂੰ ਤਾਂ ਪਤਾ ਹੀ ਨਹੀਂ ਕਿ ਕੀ ਕਰਨਾ ਹੈ, ਦਿਸ ਇਜ਼ ਦਾ ਵੇ ਟੂ ਡੂ, ਵਿਚ ਇਜ਼ ਹਰ ਪਰਸਨੈਲਿਟੀ, ਅਸੀਂ ਮਤਲਬ ਕੀ ਕਰ ਸਕਦੇ ਹਾਂ, ਬੜੀ ਅਨੋਇੰਗ ਜੀ ਹੈ, ਬਟ ਕਾਨ ਡੂ ਮੱਚ ਅਬਾਊਟ ਇਟ। ਕਹਿੰਦੇ ਨੇ ਥੋੜ੍ਹਾ ਇਹ ਵੀ ਲੱਗਦਾ ਕਿ ਮੈਨੂੰ ਇੰਨਾ ਜ਼ਿਆਦਾ ਨਹੀਂ ਇਨਵੋਲਵ ਕਰਦੇ ਸੀ, ਮੈਨੂੰ ਤਾਂ ਠੀਕ ਠਾਕ ਹੀ ਸੀਗੇ, ਬਟ ਪਿਛਲੀ ਵਿਜ਼ਿਟ ਤੋਂ ਮੈਂ ਇਹ ਦੇਖ ਰਿਹਾ ਕਿ ਸ਼ੁਰੂਆਤ ਤੋਂ ਹੀ ਉਹਨਾਂ ਦਾ ਇਹ ਸੀਗਾ ਕਿ ਜਿਹੜੀ ਦੂਜੀ ਡਾਟਰ ਹੈ ਇਹਨਾਂ ਦੀ, ਮਤਲਬ ਸਿਸਟਰ ਇਨ ਲਾਅ ਹੈ ਜਿਹੜੀ, ਉਹਨੂੰ ਵੀ ਇੱਥੇ ਕਿਸੇ ਤਰ੍ਹਾਂ ਸੈੱਟ ਕਰ ਦੇਣ। ਅਤੇ ਕਹਿੰਦੇ ਆ ਮੈਂ ਬਿਲਕੁਲ ਆਈ ਐਮ ਆਲ ਇਨ ਫੋਰ ਇਟ ਕਿ ਕੋਈ ਅੱਛਾ ਮੁੰਡਾ ਮਿਲੇ, ਅਸੀਂ ਉਹਨੂੰ ਸੈੱਟ ਕਰ ਦਈਏ, ਜੇ ਪੜ੍ਹਾਈ 'ਚ ਕਰਨਾ ਚਾਹੁੰਦੀ ਹੈ ਉਹਦੇ ਵਾਸਤੇ ਕਰ ਦਈਏ, ਕੋਸ਼ਿਸ਼ ਮੇਰੀ ਵੀ ਪੂਰੀ ਹੈ, ਮੇਰੀ ਵਾਈਫ ਦੀ ਵੀ ਇੱਛਾ ਹੈ, ਸੋ ਵੀ ਸ਼ੁੱਡ ਡੂ ਸਮਥਿੰਗ। ਪਰ ਹੁਣ ਇਸ਼ੂ ਕੀ ਹੈ ਕਿ ਮਦਰ ਇਨ ਲਾਅ ਕਾਫੀ ਕਹਿ ਸਕਦੇ ਹਾਂ ਮਿਲਨਸਾਰ ਨੇ, ਸਾਰਿਆਂ ਨੂੰ ਮਿਲਦੇ ਨੇ, ਐਂਡ ਫਿਰ ਪਿਛਲੀ ਦੋ ਵਿਜ਼ਿਟਸ ਤੋਂ ਇਹੀ ਹੋ ਰਿਹਾ ਕਿ ਉਹਨਾਂ ਦਾ ਦਿਮਾਗ ਸਿਰਫ ਇੱਕ ਓਬਸੈਸ਼ਨ ਦੇ ਨਾਲ ਘੁੰਮ ਰਿਹਾ ਹੈ, ਇੱਕ ਫੋਕਸ ਹੈਗਾ ਕਿ ਕੁੜੀ ਨੂੰ ਇੱਥੇ ਕਿਵੇਂ ਸੈੱਟ ਕਰਨਾ ਹੈ, ਔਰ ਉਹ ਲੀਗਲ ਇਲੀਗਲ ਕੋਈ ਵੀ ਤਰੀਕਾ ਅਪਣਾਉਣ ਨੂੰ ਤਿਆਰ ਨੇ। ਸੋ ਕੋਈ ਵੀ ਅਗਰ ਕੋਈ ਸੁਜੈਸਟ ਕਰਦਾ ਕੁਛ ਤੁਸੀਂ ਇੰਝ ਕਰ ਲਓ, ਉਸੇ ਪਾਸੇ ਤੁਰ ਪੈਂਦੇ ਨੇ, ਔਰ ਘਰ 'ਚ ਇਹੋ ਜਿਹੇ ਬੰਦੇ ਜਿਹੜੇ ਕੋਈ ਗੁਰਦੁਆਰੇ ਮਿਲੇ ਜਾਂ ਕੋਈ ਹੋਰ ਮਿਲੇ, ਉਹਨਾਂ ਨੂੰ ਜੋ ਕੋਈ ਸੁਜੈਸਟ ਕਰਦਾ, ਮੇਰੀ ਫਰੈਂਡ ਨੇ ਕਿਹਾ ਸੀ, ਫਰੈਂਡ ਦੇ ਅੱਗੋਂ ਕਿਸੇ ਨੇ ਕਿਹਾ ਸੀ, ਉਹ ਜੋ ਸੁਜੈਸਟ ਕਰਦਾ ਉਹਨੂੰ ਘਰ ਬੁਲਾ ਲੈਂਦੇ ਨੇ, ਯੂ ਨੋ ਬੰਦੇ ਘਰ ਆਉਣਗੇ, ਦੇਖਣਗੇ, ਕਰਨਗੇ ਕਿ ਹਾਂਜੀ ਨਹੀਂ, ਅਗਰ ਸਹੀ ਜਗ੍ਹਾ ਨਹੀਂ ਮਿਲਦਾ ਕੁਛ ਹੋਰ ਕਰ ਦਿੰਦੇ ਹਾਂ, ਯੂ ਨੋ ਰਿਸ਼ਤਾ ਸਿਰਫ ਡਾਕੂਮੈਂਟ ਪੇਪਰ ਮੈਰਿਜ ਕਰ ਦਿੰਦੇ ਹਾਂ, ਇੰਜ ਕਰ ਦਿੰਦੇ ਹਾਂ, ਮਤਲਬ ਕੁਛ ਵੀ ਕਰਨ ਨੂੰ ਤਿਆਰ ਨੇ ਉਹ। ਸੋ ਕਹਿੰਦੇ ਨੇ ਕਿ ਮੈਂ ਚਾਹੁੰਦਾ ਕਿ ਹਾਂ ਦੋਨੋਂ ਭੈਣਾਂ ਇੱਥੇ ਹੋ ਜਾਣ, ਅੱਛੀ ਗੱਲ ਹੈ, ਪਰ ਮੈਂ ਗਲਤ ਤਰੀਕੇ ਨਾਲ ਨਹੀਂ ਕਰਨਾ ਚਾਹੁੰਦਾ, ਮੈਨੂੰ ਮੈਂ ਇੱਕ ਵਿਸ਼ਵਾਸ ਰੱਖਦਾ ਕਿ ਕੁੜੀ ਦਾ ਜਿੱਥੇ ਅੱਛਾ ਘਰ ਲਿਖਿਆ ਉਹ ਆਪੇ ਸਾਹਮਣੇ ਮਿਲੇਗਾ, ਔਰ ਉਹ ਜਦੋਂ ਹੋਏਗਾ ਠੀਕ ਹੋਏਗਾ। ਪਰ ਇਸ ਤਰ੍ਹਾਂ ਕਿ ਉਹ ਸਾ ਮਤਲਬ ਓਬਸੈਸ਼ਨ ਜੀ ਕਿ ਹਾਂ ਹੁਣ ਉਹਨੂੰ ਸੈੱਟ ਕਰਨਾ, ਉਹ 23 ਸਾਲ ਦੀ ਹੈ, ਇੰਨੀ ਵੱਡੀ ਵੀ ਨਹੀਂ ਹੈ। ਸੋ ਉਹ ਬੜੇ ਬੰਦੇ ਹੈ ਜਿਹੜੇ ਕਿ ਬਿਨਾਂ ਸਾਨੂੰ ਦੱਸੇ ਸ਼ੀ ਇਨਵਾਈਟਸ ਐਟ ਹੋਮ ਐਂਡ ਵੀ ਡੋਂਟ ਫੀਲ ਗੁੱਡ ਅਬਾਊਟ ਇਟ, ਸਾਨੂੰ ਉਹ ਅੱਛਾ ਨਹੀਂ ਲੱਗਦਾ। ਪ੍ਰੋਬਲਮ ਇਹ ਹੈ ਕਹਿੰਦੇ ਨੇ ਕਿ ਅਸ ਮੈਂ ਉਹਨੂੰ ਕਿਸ ਤਰ੍ਹਾਂ ਕਹਾਂ, ਮੇਰੀ ਵਾਈਫ ਨੂੰ ਮੈਂ ਕਿਹਾ ਹੈ, ਮੈਂ ਕਿਹਾ ਕਿ ਉਹਨਾਂ ਨੂੰ ਦੱਸ ਦਿਉ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਹੈ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਕਰਾਂਗੇ, ਲੀਗਲ ਤਰੀਕਾ ਹੋਏ ਤਾਂ ਅਸੀਂ ਅੱਗੇ ਨਾਲ ਖੜ੍ਹੇ ਹੋਵਾਂਗੇ, ਪਰ ਇਹ ਲੀਗਲ ਵੀ ਹੋਏ ਤਾਂ ਇਹ ਨਹੀਂ ਕਿ ਕੋਈ ਰਹਿ ਜਾਂਦੇ ਨੂੰ ਤੁਸੀਂ ਕਹੋ ਜੀ ਹਾਂਜੀ ਮੇਰੀ ਕੁੜੀ ਜਵਾਨ ਹੈ ਅਤੇ ਤੁਸੀਂ ਵਿਆਹ ਕਰਨਾ ਅਤੇ ਆਪਣੇ ਘਰ ਬੁਲਾਉਂਦੇ ਰਹੋ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵੀ ਮੈਂ ਇੱਥੇ ਸਾਰੇ ਮੈਨੂੰ ਜਾਣਦੇ ਨੇ, ਇਹ ਜਿਹੜਾ ਤੁਰਿਆ ਫਿਰਿਆ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਮੈਂ ਨਹੀਂ ਅੱਛਾ ਲੱਗ ਰਿਹਾ ਮੈਨੂੰ। ਹੀ ਸੇਜ਼ ਕਿ ਮੇਰੀ ਵਾਈਫ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਹ ਇਹ ਚੀਜ਼ ਕਨਵੇ ਕਿਵੇਂ ਕਰ, ਕਿਉਂਕਿ ਉਹ ਜਿਹੜੀ ਪਰਸਨੈਲਿਟੀ ਹੈ ਮਦਰ ਇਨ ਲਾਅ, ਉਹ ਇੰਨੇ ਮਤਲਬ ਗੁੱਸਾ, ਆਪਣੀ ਗੱਲ ਜੋ ਮਰਜ਼ੀ ਕਹਿ ਦੇਣ, ਕਹਿੰਦੇ ਨਾ ਕਿ ਉਹ ਜੋ ਮਰਜ਼ੀ ਕਿਸੇ ਨੂੰ ਕਹਿ ਦੇਣ, ਪਰ ਉਹਨਾਂ ਨੂੰ ਕੋਈ ਕੁਛ ਕਹਿ ਦੇ ਤਾਂ ਉਹ ਬਹੁਤ ਬੁਰਾ ਮਨਾ ਜਾਂਦੇ ਨੇ, ਫਿਰ ਕਹਿਣਗੇ ਕਿ ਹਾਂਜੀ ਠੀਕ ਹੈ ਮੇਰਾ ਤਾਂ ਕੋਈ ਹੈ ਹੀ ਨਹੀਂ, ਮੈਂ ਤਾਂ ਫਿਰ ਉਹ ਵਿਕਟਮ ਗੇਮ ਪਲੇ ਕਰਨ ਲੱਗ ਜਾਂਦੇ ਨੇ ਕਿ ਮੇਰੇ ਹਸਬੈਂਡ ਦੀ ਡੈਥ ਹੋ ਗਈ, ਮੈਂ ਤਾਂ ਦੇਵਾ ਬੇਵਾ, ਕੁਛ ਵਿਡੋ ਦਾ ਵਰਡ ਯੂਜ਼ ਕਰਦੇ ਨੇ, ਬਹੁਤ ਮੈਂ ਪਰੇਸ਼ਾਨ ਹਾਂ, ਯੂ ਨੋ ਮੇਰਾ ਤਾਂ ਕੋਈ ਰਿਹਾ ਹੀ ਨਹੀਂ, ਨਾ ਬੱਚੇ ਪੁੱਛਦੇ ਨੇ, ਮੈਂ ਤੁਹਾਨੂੰ ਮੈਂ ਗਲਤ ਹੀ ਲੱਗਦੀ ਹਾਂ। ਸੋ ਸ਼ੀ ਸਟਾਰਟਸ ਪਲੇਇੰਗ ਦੈਟ ਵਿਕਟਮ ਗੇਮ। ਸੋ ਸ਼ੀ ਹੀ ਸੇਜ਼ ਕਿ ਬਹੁਤ ਮੁਸ਼ਕਿਲ ਹੈ, ਮੈਂ ਔਰ ਮੇਰੀ ਵਾਈਫ ਦੋਨੋਂ ਮਿਲ ਕੇ ਪੁੱਛ ਰਹੇ ਹਾਂ ਕਿ ਕੀ ਤਰੀਕਾ ਹੈ ਕਿ ਉਹਨਾਂ ਨੂੰ ਇਹ ਕਨਵੇ ਕੀਤਾ ਜਾਏ ਕਿ ਇਹ ਤਰੀਕੇ ਠੀਕ ਨਹੀਂ ਹੈ, ਔਰ ਸਾਡੀ ਥੋੜ੍ਹੀ ਸਪੇਸ ਵੀ ਚਾਹੀਦੀ ਹੈ ਸਾਨੂੰ। ਜਦੋਂ ਚਾਹੁੰਦੇ ਨੇ ਕਿ ਹਾਂਜੀ ਮੇਰੀ ਟਿਕਟ ਕਰਾ ਦਿਉ ਮੈਂ ਵਾਪਸ ਜਾਣਾ, ਜਦੋਂ ਆਉਂਦੇ ਮੈਂ ਟਿਕਟ ਕਰਾ ਦਿਉ ਮੈਂ ਆਉਣਾ,
ਸੋ ਬੈਸਟ ਯੂਜ਼ ਆਫ ਟਿਕਟ ਵੀ ਨਹੀਂ ਕਰਦੇ, 2 ਸਾਲਾਂ 'ਚ ਤੀਸਰਾ ਚੱਕਰ ਹੈ ਜਿਹੜਾ ਕਿ ਫਿਨਿਸ਼ ਹੋ ਚੁੱਕਾ, ਜਿਹੜਾ ਯੂ ਨੋ ਥਰਡ ਰਾਊਂਡ 'ਚ ਆਏ ਨੇ ਅਤੇ ਜਾ ਵੀ ਚੁੱਕੇ ਨੇ ਹੁਣ। ਬਟ ਨਾਲ ਹੀ ਨਾਲ ਕਿ ਇਹ ਕਿਸ ਤਰ੍ਹਾਂ ਕਨਵੇ ਕੀਤਾ ਜਾਏ ਕਿ ਲੱਭਾਂਗੇ, ਆਰਾਮ ਨਾਲ ਦੱਸਾਂਗੇ, ਔਰ ਫਿਰ ਤੁਸੀਂ ਕੁੜੀ ਨੂੰ ਇੱਕ ਉਹ ਕਰਨਾ। ਪਰ ਇਹ ਹਰ ਇੱਕ ਬੰਦੇ ਨਾਲ ਇਹ ਗੱਲ ਕਰਨੀ ਕਿ ਹਾਂਜੀ ਉਹ ਕਰਨਾ, ਕੁੜੀ ਮੇਰੀ ਜਵਾਨ ਹੈ ਕਿ ਮੁੰਡਾ ਦੇਖ ਰਹੇ ਹਾਂ, ਜਾਂ ਫਿਰ ਹਰ ਤਰ੍ਹਾਂ ਦੇ ਇੱਕ ਹਾਈਪਰਨੈਸ ਔਰ ਇੱਕ ਰੈਸਟਲੈਸਨੈਸ ਅਸੀਂ ਉਹਨਾਂ 'ਚ ਦੇਖ ਰਹੇ ਹਾਂ ਜਿਹੜਾ ਕਿ ਸਾਨੂੰ ਠੀਕ ਨਹੀਂ ਲੱਗ ਰਿਹਾ, ਪਰ ਅਸੀਂ ਇਹ ਕਰ ਨਹੀਂ ਪਾ ਰਹੇ ਕਿ ਉਹਨਾਂ ਨੂੰ ਕਹਿ ਸਕੀਏ। ਸੋ ਪਲੀਜ਼ ਕਾਲ ਕਰਕੇ ਜ਼ਰੂਰ ਦੱਸੋ, ਇਹਨਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਉਹ ਆਪਣੇ ਮਦਰ ਇਨ ਲਾਅ ਨਾਲ ਗੱਲ ਕਰ ਸਕਦੇ ਨੇ ਇਹਦੇ ਬਾਰੇ, ਐਂਡ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਸੋਲਿਊਸ਼ਨ ਕੀ ਹੈ। ਬੜਾ ਕਲੀਅਰ ਜਿਹਾ ਹੈਗਾ, ਆਈ ਨੋ ਯੂ ਨੋ ਇਟਸ ਬੜਾ ਬਦਨਾਮ ਹੈਗਾ ਮਦਰ ਇਨ ਲਾਅ, ਹੋ ਸਕਦਾ ਮਦਰ ਵੀ ਹੋ ਸਕਦੇ ਸੀ, ਮੁੰਡੇ ਦੀ ਆਪਣੀ ਮਦਰ ਵੀ ਹੋ ਸਕਦਾ ਇਸ ਤਰ੍ਹਾਂ ਨਾਲ ਕਰ ਰਹੀ ਹੋ, ਔਰ ਤੁਹਾਡੇ ਤਰੀਕਾ ਤੁਹਾਡਾ ਵੇ ਆਫ ਯੂ ਨੋ ਡੀਲਿੰਗ ਵਿਦ ਅ ਸਿਚੁਏਸ਼ਨ ਜਿਹੜਾ ਹੈ ਅਲੱਗ ਹੋ ਸਕਦਾ ਹੈ, ਔਰ ਤੁਸੀਂ ਉਹਨੂੰ ਨਹੀਂ ਪਸੰਦ ਕਰ ਰਹੇ। ਪਰ ਟੂ ਸੇ ਇਟ ਆਈ ਥਿੰਕ ਇਟਸ ਮੋਰ ਡਿਫੀਕਲਟ ਬਿਕੋਜ਼ ਮਦਰ ਇਨ ਲਾਅ ਹੈ, ਮਦਰ ਨੂੰ ਸ਼ਾਇਦ ਕਹਿ ਦੇਣ, ਪਰ ਹੁਣ ਕੁੜੀ ਵੀ ਕਹਿੰਦੇ ਨੇ ਕਿਉਂਕਿ ਉਹ ਵਿਆਹੀ ਗਈ ਹੈ, ਉਹ ਕਹਿੰਦੀ ਮੇਰੇ ਤੋਂ ਨਹੀਂ, ਮੈਂ ਨਹੀਂ ਕਹਿ ਸਕਦੀ ਉਹਨਾਂ ਨੂੰ, ਉਹ ਫਿਰ ਬੁਰਾ ਬੁਲਾ ਜਾਂਦੇ ਕਿ ਤੁਸੀਂ ਸ਼ਾਇਦ ਚਾਹੁੰਦੇ ਨਹੀਂ ਕਿ ਮੈਂ ਇੱਥੇ ਆਵਾਂ, ਯੂ ਨੋ। ਸੋ ਉਹ ਸਾਰੀਆਂ ਚੀਜ਼ਾਂ, ਸੋ ਪਲੀਜ਼ ਜ਼ਰੂਰ ਦੱਸੋ। ਆਈ ਐਮ ਸ਼ੋਰ ਬੜੇ ਬੰਦੇ ਇਸ ਨਾਲ ਰਿਲੇਟ ਕਰਨਗੇ, ਬਟ ਇੰਜ ਕਰਦੀ ਹਾਂ ਤੁਸੀਂ ਸੋਚ ਕੇ ਰੱਖੋ, ਕਾਲ ਮਿਲਾਓ, ਅਤੇ ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਯਾ ਲੈਟਸ ਸੀ ਸਾਰੇ ਕੀ ਕਹਿਣਾ ਚਾਹ ਰਹੇ ਇਸ ਮੁੰਡੇ ਨੂੰ ਜਿਹੜਾ ਐਗਰੀ ਨਹੀਂ ਕਰ ਰਿਹਾ ਕਿ ਮਦਰ ਇਨ ਲਾਅ ਕੋਈ ਵੀ, ਭਾਵੇਂ ਖੁਦ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਹੈ, ਬਟ ਉਹ ਕਿਸੇ ਵੀ ਗੱਲਾਂ 'ਚ ਆ ਕੇ ਕੁਛ ਵੀ ਕਰਨ ਨੂੰ ਤਿਆਰ ਨੇ, ਕੋਈ ਹੇਰਾ ਫੇਰੀ ਭਾਵੇਂ ਜੋ ਮਰਜ਼ੀ, ਟੂ ਗੈਟ ਹਰ ਯੰਗਰ ਡੋਟਰ ਸੈਟਲਡ ਹੇਅਰ। ਸੋ ਲੈਟਸ ਸੀ ਸਾਰੇ ਕੀ ਕਹਿ ਰਹੇ ਹਨ, ਲੈਟਸ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਪ੍ਰੀਤ, ਕੀ ਹਾਲ ਤੁਹਾਡਾ? ਵਧੀਆ, ਦੱਸੋ ਕੀ ਕਹਿੰਦੇ ਹੋ? ਅੱਜ ਮੈਂ ਕਹਾਂਗੀ ਭੈਣ ਜੀ ਇਹਨਾਂ ਦੀ ਸਾਲੀ ਕਿੰਨਾ ਫੀਲ ਕਰਦੀ ਹੈ ਸਭ ਕੁਝ ਜਿੱਦਾਂ। ਯਾ ਗੁੱਡ ਪੁਆਇੰਟ, ਐਕਚੁਅਲੀ ਕਹਿੰਦੇ ਕਿ ਮੈਂ ਉਹਨੂੰ ਨਹੀਂ ਬਲੇਮ ਕਰਦਾ, ਬਿਕੋਜ਼ ਉਹ ਦੇਖ ਰਹੀ ਹੈ ਉਹਦੀ ਡਾਟਰ, ਉਹਦੀ ਸਿਸਟਰ ਇੰਨੀ ਖੁਸ਼ ਹੈ, ਉਹ ਵੀ ਚਾਹੁੰਦੀ ਹੈ ਕਿ ਹਰ ਜਵਾਨ ਬੱਚਾ ਚਾਹੁੰਦਾ ਕਿ ਮੈਂ ਇੱਥੇ ਹੀ ਸੈਟਲ ਹੋ ਜਾਂ, ਉਹਨੂੰ ਕਹਿੰਦੇ ਮੈਂ ਨਹੀਂ ਬਲੇਮ ਕਰਦਾ, ਪਰ ਮਦਰ ਇਨ ਲਾਅ ਜਿਸ ਤਰੀਕੇ ਨਾਲ ਕਰ ਰਹੇ ਨੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਰਾਈਟ, ਤੇ ਉਹ ਟੂਰਿਸਟ ਵੀਜ਼ੇ ਤੇ ਆਉਂਦੇ ਆ ਸਾਲੀ? ਹਾਂਜੀ ਹਾਂਜੀ। ਤੇ ਕੋਈ ਪੜ੍ਹਾਈ ਕਰਨ ਲਈ ਸਟੂਡੈਂਟ ਵੀਜ਼ੇ ਤੇ ਆ ਸਕਦੀ ਹੈ ਜਾਂ ਕੋਈ ਹੋਰ ਤਰੀਕੇ ਨਾਲ ਕਿ ਇਸ ਤਰ੍ਹਾਂ ਹੀ ਬਸ ਟੂਰਿਸਟ ਵੀਜ਼ੇ ਤੇ? ਟੂਰਿਸਟ ਵੀਜ਼ੇ ਤੇ ਆ ਰਹੇ ਆ ਹਾਲੇ ਤੱਕ ਤਾਂ, ਪਰ ਉਹ ਹੀ ਹੈ ਨਾ ਕਿ ਲੀਗੈਲਿਟੀਜ਼ ਦੇਖਣ ਕਿਸੇ ਨਾਲ ਉਹਨੂੰ, ਉਹ ਆਈ ਥਿੰਕ ਸੋਲਿਊਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਜ਼ਰੂਰ ਦੱਸੀਏ ਕਿ ਕਿਸੇ ਅਟਰਨੀ ਨੂੰ ਯੂ ਨੋ ਗੱਲ ਕਰਨ, ਤਾਂ ਕਿ ਹਾਂ ਇੱਥੇ ਹੀ ਕੋਈ ਪੜ੍ਹਾਈ ਦਾ ਤਰੀਕਾ ਨਿਕਲ ਆਉਂਦਾ ਹੈ ਜਾਂ ਕੁਛ ਨਿਕਲ ਆਉਂਦਾ, ਕੋਈ ਕਾਲਜ ਜੁਆਇਨ ਕਰ ਲਏ ਜਾਂ ਕੁਛ ਕਰੇ, ਪਰ ਉਹ ਹੀ ਹੈ ਇੰਟਰਨੈਸ਼ਨਲੀ ਦੈਨ ਯੂ ਨੋ ਦੇ ਆਰ ਸੋ ਮੈਨੀ ਥਿੰਗਸ, ਬਟ ਦੇ ਹੈਵ ਟੂ ਚੂਜ਼, ਦੇ ਹੈਵ ਟੂ ਗੋ ਦ ਰਾਈਟ ਵੇ। ਜੀ ਜੇ ਹੋ ਸਕੇ ਜੇ ਹੋਰ ਪੜ੍ਹਾਈ ਕਰਨਾ ਚਾਹੁੰਦੀ ਹੈ ਸਟੂਡੈਂਟ ਵੀਜ਼ੇ ਤੇ ਆ ਸਕਦੀ ਹੈ ਲੀਗਲ ਤਰੀਕੇ ਨਾਲ, ਤੇ ਲੱਗਦਾ ਇਹਨਾਂ ਦੀ ਵਾਈਫ ਨੂੰ ਹੋਰ ਦਲੇਰ ਹੋਣਾ ਪਊਗਾ, ਕਿਉਂਕਿ ਤੁਸੀਂ ਕਹਿੰਦੇ ਹੋ ਮਦਰ ਇਨ ਲਾਅ ਦਾ ਰੋਹਬ ਇਸ ਤਰ੍ਹਾਂ ਹੈਗਾ। ਹਾਂਜੀ, ਪਰ ਕਹਾਂਗੀ ਇਹਨਾਂ ਨੂੰ ਇਕੱਠਿਆਂ ਨੂੰ ਦੋਨੋਂ ਬਹਿ ਕੇ ਨਾ ਮਦਰ ਇਨ ਲਾਅ ਨਾਲ ਗੱਲ ਕਰਨੀ ਪਊਗੀ, ਰਲ ਮਿਲ ਕੇ ਜੇ ਕਰ ਸਕਣ ਤੇ ਠੀਕ ਸਟੈਪ ਲੈਣ, ਇੰਨਾ ਸਾਨੂੰ ਦੋਨਾਂ ਨੂੰ ਜੇ ਯੂਨਾਈਟਿਡ ਫਰੰਟ ਹੋਏਗਾ ਨਾ, ਉਹਨਾਂ ਨਾਲ ਬੈਠ ਕੇ ਗੱਲ ਕਰ ਸਕਦੇ ਆ ਬਈ ਇਸ ਤਰ੍ਹਾਂ ਜੋ ਕੁਛ ਉਹਨਾਂ ਨੂੰ ਨਹੀਂ ਠੀਕ ਲੱਗ ਰਿਹਾ, ਇੱਦਾਂ ਕਿਸੇ ਨੂੰ ਵੀ ਬੁਲਾ ਲੈਂਦੇ ਆ ਬਈ ਪਹਿਲਾਂ ਸਾਰਾ ਡਿਸਕਸ ਕਰਨ ਬਈ ਕੀ ਕਰਨਾ ਕੀ ਕਰ ਰਹੇ ਆ, ਤੇ ਸਾਰੇ ਤਿੰਨਾਂ ਨੂੰ ਇਨਵੋਲਵ ਹੋਣਾ ਚਾਹੀਦਾ ਵਿੱਚ, ਠੀਕ ਹੈ, ਚਾਹੇ ਸਾਲੀ ਨੂੰ ਵੀ ਇਨਵੋਲਵ ਕਰਨ, ਤਿੰਨੋਂ ਜੇ ਬੈਠ ਕੇ ਗੱਲ ਕਰ ਸਕਦੇ ਆ ਮਦਰ ਇਨ ਲਾਅ ਦੈਟ ਵੁੱਡ ਬੀ ਗ੍ਰੇਟ, ਮਤਲਬ ਪਰ ਬਿਲਕੁਲ ਵਿਕਟਮ ਨਾ ਨਾ ਪਲੇ ਕਰਦੇ ਆ। ਰਾਈਟ, ਉਹ ਹੀ ਕਹਿੰਦੇ ਨਾ ਡਿਫਰੈਂਟ ਜੀ ਪਰਸਨੈਲਿਟੀ ਹੈ, ਰੋਬ ਵੀ ਪਾ ਲੈਂਦੇ ਆ, ਵਿਕਟਮ ਪਲੇ ਵੀ ਕਰ ਲੈਂਦੇ ਆ, ਸੋ ਇੱਕ ਤਰ੍ਹਾਂ ਨਾਲ ਕੰਟਰੋਲ ਕਰਦੇ ਆ ਇਹਨਾਂ ਦੀ ਆਈਮ ਕਿ ਕੀ ਕਰਨ ਕਿਸ ਤਰ੍ਹਾਂ ਰਿਸਪੋਂਸ ਕਰਨ, ਸੋ ਦੈਟ ਵੇ ਉਹ ਬੰਦਾ ਕੰਟਰੋਲ ਕਰ ਲੈਂਦਾ, ਕੰਟਰੋਲ ਦਾ ਕੰਮ ਦੇਣ ਉਸ ਤਰ੍ਹਾਂ ਗੱਲ ਵਾਪਸ ਉਸੇ ਤੇ ਲੈ ਕੇ ਆਉਣ ਬਈ
ਸਟਿਕ ਟੂ ਦਾ ਮਤਲਬ ਜਿਹੜਾ ਕਰ ਰਿਹਾ ਕੰਮ ਤੇ ਇਹ ਗੱਲਾਂ ਵਿਕਟਮ ਦੈਟ ਇਸ ਉਹ ਤਾਂ ਯੂ ਰਾਈਟ ਉਹ ਕੰਟਰੋਲ ਕਰ ਰਿਹਾ ਉਹਦਾ ਡੋਨਟ ਲੈਟ ਹਰ ਗੋ ਦੇਅਰ ਠੀਕ ਹੈ ਜਸਪ੍ਰੀਤ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਵੀ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਲੋ ਪਲੀਜ਼ ਫੋਨ ਵੱਲ ਪੂਰਾ ਧਿਆਨ ਦਿਆ ਕਰੋ ਜਦੋਂ ਤੁਹਾਡੀ ਵਾਰੀ ਆਉਂਦੀ ਹੈ ਬਿਕੋਜ਼ ਫਿਰ ਸਮਾਂ ਨਹੀਂ ਹੁੰਦਾ ਕਿ ਅਸੀਂ ਇੰਤਜ਼ਾਰ ਕਰ ਸਕੀਏ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਹਾਂਜੀ ਰਵਿੰਦਰ ਜੀ ਹਾਂਜੀ ਨਸੀਬ ਜੀ ਦੱਸੋ ਪਤਾ ਕੀ ਆ ਹਾਂ ਉਹ ਜਿਹੜੀ ਬੁੜੀ ਆ ਨਾ ਵੇਖ ਪਹਿਲੀ ਗੱਲ ਤਾਂ ਉਹ ਪਰਮਾਨੈਂਟ ਨਹੀਂ ਗੀ ਹਾਂਜੀ ਦੂਜੀ ਗੱਲ ਉਹਦੀ ਕੁੜੀ ਦੂਜੀ ਆਪ ਵੀ ਜਵਾਨ ਆ ਉਹ ਕੁੜੀ ਨੂੰ ਵੀ ਸੋਚਣਾ ਚਾਹੀਦਾ ਵੀ ਮੇਰੀ ਮਾਂ ਮੇਰੇ ਵਾਸਤੇ ਇਸ ਤਰ੍ਹਾਂ ਕਿਉਂ ਕਰਦੀ ਆ ਜਿਹੜੀ ਕੁਆਰੀ ਕੁੜੀ ਆ ਹਾਂਜੀ ਹਾਂਜੀ ਉਹਨੂੰ ਉਹਨੂੰ ਹੁਣ ਮਾਂ ਨੂੰ ਸਮਝਾਉਣਾ ਚਾਹੀਦਾ ਵੱਡੀ ਜਗ੍ਹਾ ਥੋੜ੍ਹਾ ਵਿੱਚ ਨਾ ਆਵੇ ਛੋਟੀ ਕਹੇ ਮੇਰੀ ਲਾਇਫ ਆ ਮੇਰੀ ਜ਼ਿੰਦਗੀ ਆ ਜੇ ਕਾਹਲੀ ਨਾ ਕਰ ਤੂੰ ਉਹ ਸਮਝ ਜੂਗੀ ਇਹ ਕਹਿਣਗੇ ਗੁੱਸਾ ਕਰੂਗੀ ਕੁਆਰੀ ਕੁੜੀ ਦਾ ਨਹੀਂ ਕਰੂਗੀ ਦੂਜੀ ਗੱਲ ਜੇ ਜਿੱਥੇ ਉਹ ਕਰਦੀ ਆ ਨਾ ਇਹ ਕਹਿਣ ਦੇਖ ਮੰਮੀ ਕੱਲ ਨੂੰ ਇਹ ਕਰਦੇ ਆ ਤੇ ਉਹਨੇ ਸਾਰੀ ਉਮਰ ਜਿਵੇਂ ਤੇਜ਼ ਆ ਨਾ ਬੁੜੀ ਛੱਡਣਾ ਨੀ ਉਹਨੇ ਕਿਉਂਕਿ ਮੈਂ ਸਹੀ ਕਰਨਾ ਸੀ ਤੁਸੀਂ ਗਲਤ ਕਰਤਾ ਮੇਰਾ ਹਾਂਜੀ ਹਾਂਜੀ ਗਲਤ ਉਹਨੇ ਸਾਰੀ ਉਮਰ ਲਾਂਬਾ ਜਾਊ ਤੁਸੀਂ ਆਪਦੇ ਆਪ ਦਾ ਲਾਲਚ ਕੀਤਾ ਤੁਸੀਂ ਆਪਦਿਆਂ ਨੂੰ ਕਰਤਾ ਇਹਨੂੰ ਕਹਿ ਦੇਖ ਮੰਮੀ ਇੰਡੀਆ ਤੋਂ ਭਾਲ ਇੱਥੋਂ ਭਾਲ ਤੈਨੂੰ ਹੁਣ ਇੱਥੇ ਜਾਣ ਕਰ ਜਾਣਦੇ ਆ ਲੋਕ ਤੇ ਤੂੰ ਕੁੜੀ ਦੇ ਪਸੰਦ ਦਾ ਜੇ ਕੁੜੀ ਪਸੰਦ ਕਰੂਗੀ ਨਾ ਮਾਮਾ ਧੀਆਂ ਰਾਇ ਕਰੋ ਅਸੀਂ ਤੁਹਾਡੇ ਮਗਰ ਹਾਂ ਅੱਗੇ ਨਾ ਹੋਣ ਅੱਗੇ ਇਹ ਕੁੜੀ ਦੀ ਜ਼ਿੰਦਗੀ ਬਣਾਉਂਦੇ ਬਣਾਉਂਦੇ ਆਪ ਜੀ ਖਰਾਬ ਕਰ ਲੈਣਗੇ ਤੇ ਕੁੜੀ ਆਪਦੀ ਮਾਂ ਨਾਲ ਸਿੱਧੀ ਕੁਆਰੀ ਗੱਲ ਕਰੇ ਜੇ ਕੁੜੀ ਨੀ ਨਾ ਰਾਜੀ ਕਿਤੇ ਕਰਕੇ ਹੋਰ ਮਾਂ ਦੇ ਆਕੇ ਫਿਰ ਉਹ ਕਵੇ ਵੀ ਮੈਂ ਅੱਜ ਭੈਣ ਭੂਣ ਅੱਗੇ ਨੂੰ ਪਤਾ ਜ਼ਿਆਦਾ ਇਹ ਪੱਕੇ ਆ ਪਰਮਾਨੈਂਟ ਆ ਤੇ ਬਈ ਸਾਲ 6 ਮਹੀਨੇ ਚਾਹ ਭਾਲ ਲੈਣਗੇ ਕੋਈ ਚੰਗੀ ਫੈਮਿਲੀ ਤੇ ਨਹੀਂ ਜੇ ਉਹ ਕਾਹਲੀ ਕਰਦੀ ਹੈ ਜਾਂ ਉਹਦੀ ਮੈਂ ਭਾਲਣਾ ਤੁਹਾਨੂੰ ਭਾਲਣ ਦਿਓ ਆਪੇ ਕੁੜੀ ਕੁੜੀ ਜਵਾਬ ਦੇਵੇ ਕੁਆਰੀ ਸੋ ਤੁਹਾਡੇ ਸਾਹਿਬ ਨਾਲ ਕੁੜੀ ਨਾਲ ਗੱਲ ਕਰਨ ਹੁਣ ਤੇ ਇਹੀ ਲੱਗਦਾ ਕਿ ਕੁੜੀ ਵੀ ਨਾਲ ਹੈ ਮਾਂ ਦੇ ਪਰ ਉਹ ਕਹਿ ਰਹੇ ਕਿ ਮੈਂ ਉਹਦਾ ਉਹਦਾ ਕਸੂਰ ਨਹੀਂ ਮੰਨਦਾ ਕਿਉਂਕਿ ਉਹ ਜਵਾਨ ਹੈ ਉਹਨੂੰ ਕਿੰਨਾ ਕੁ ਪਤਾ ਹੈ ਨਹੀਂ ਨਹੀਂ ਪਰ ਨਹੀਂ ਅੱਜ ਕੱਲ ਦੇ ਬੱਚਿਆਂ ਨੂੰ ਬਹੁਤ ਪਤਾ ਮਾਂ ਨਾਲੋਂ ਨਾ ਮਾਂ ਪੁਰਾਣੇ ਜ਼ਮਾਨੇ ਦੀਆਂ ਹੁੰਦੀਆਂ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੁੰਦਾ ਵੀ ਕਿਹੋ ਜਿਹਾ ਮੁੰਡਾ ਕਿਹਾ ਪਹਿਲੀ ਗੱਲ ਤਾਂ ਇੱਥੇ ਕੁੜੀ ਪੜ੍ਹੀ ਨਹੀਂ ਵੇਖੋ ਹਾਂਜੀ ਪਰਮਾਨੈਂਟ ਨਹੀਂ ਇਹ ਇਹਨਾਂ ਨੂੰ ਕਹੋ ਤੁਸੀਂ ਇੰਡੀਆ ਤੋਂ ਮੁੰਡਾ ਪਾਲੋ ਜਾਂ ਫਿਰ ਇੰਡੀਆ ਤੋਂ ਮੁੰਡਾ ਪਾਲੇ ਉਹ ਸੈੱਟ ਕਰਨਾ ਚਾਹੁੰਦੇ ਆ ਯੂਐਸ ਵਿੱਚ ਸੈੱਟ ਕਰਨਾ ਚਾਹੁੰਦੇ ਜ਼ਰੂਰੀ ਸ਼ਰਤ ਸੈੱਟ ਕਰਨਾ ਚਾਹੁੰਦੇ ਆ ਨਾ ਫਿਰ ਇਹਦੀ ਮਾਂ ਨੂੰ ਇਹਦੀ ਮਾਂ ਨੂੰ ਕੋਈ ਪਤਾ ਨਹੀਂ ਗਾ ਅੱਗੇ ਭਾਲਦੇ ਆ ਤਾਂ ਬਹੁਤ ਵਧੀਆ ਗੱਲ ਆ ਧੀ ਜਵਾਈ ਭਾਲਦੇ ਆ ਤੇ ਪਰ ਉਹਨੇ ਫਿਰ ਵੀ ਉਹਨਾਂ ਨੂੰ ਛੱਡਣਾ ਨੀ ਬਾਅਦ ਚ ਉਹ ਕਹੂਗੀ ਤੁਸੀਂ ਭਾਲਿਆ ਵੇਖਿਆ ਮੇਰੀ ਜਾਣਕਾਰੀ ਇੰਨੀ ਸੀ ਮੈਨੂੰ ਵਧੀਆ ਵਧੀਆ ਬੰਦੇ ਮਿਲਦੇ ਸੀ ਭਲਾ ਉਹ 100% ਘੱਟ ਗਿਆ ਹੁਣ ਇਹਨੂੰ ਬਹੁਤ ਵਧੀਆ ਲੱਗਦੇ ਆ ਹਾਂ ਇਹ ਹੁੰਦਾ ਹੈ ਗੱਲ ਜਦੋਂ ਬੰਦਾ ਨਾ ਆ ਜੇ ਅਮਰੀਕਾ ਚ ਪੈਰ ਧਰ ਲਏ ਫਿਰ ਬਦਲ ਜਾਂਦਾ ਪਹਿਲਾਂ ਹੋਰ ਹੁੰਦਾ ਫਿਰ ਇੱਥੇ ਆ ਕੇ ਹੋਰ ਹੁੰਦਾ ਇਹ ਵਿਚਾਰੇ ਮਾੜਾ ਥੋੜੋ ਕਰਨਗੇ ਉਹ ਆਪਦੀ ਭੈਣ ਦਾ ਨੀ ਮਾੜਾ ਕਰੂ ਆਪਦੀ ਸਾਲੀ ਦਾ ਨੀ ਮਾੜਾ ਕਰੂ ਉਹਨੇ ਬੁਲਾਏ ਆ ਉਹਨੇ ਜ਼ਿੰਮੇਵਾਰੀ ਚੱਕੀ ਆ ਉਹਦੇ ਤੇ ਵਿਸ਼ਵਾਸ ਨੀ ਕਰਦੀ ਲੋਕਾਂ ਤੇ ਵਿਸ਼ਵਾਸ ਕਰਦੀ ਆ ਇਹ ਸਾਡੇ ਨਾਲ ਵੀ ਕਈ ਥਾਈ ਉਹੀ ਲੋਕ ਜਿਵੇਂ ਅਸੀਂ ਜਿਹੜੇ ਬੁਲਾਏ ਉਹ ਸਾਡੇ ਤੇ ਨਹੀਂ ਕਰਦੇ ਲੋਕਾਂ ਦੇ ਗਾਂ ਦੀ ਗਾਂ ਫਰਿੰਡਾਂ ਬਣਾ ਲਈਆਂ ਆ ਕਰ ਲਏ ਸਾਰੀ ਦੁਨੀਆਂ 'ਚ ਹੁੰਦਾ ਠੀਕ ਹੈ ਨਸੀਬ ਜੀ ਹਾਂ ਪਰ ਉਹ ਕੁੜੀ ਜਿਹੜੀ ਕੁਆਰੀ ਆ ਨਾ ਉਹਦੇ ਨਾਲ ਗੱਲ ਕਰਨ ਉਹਦੇ ਤੇ ਗੱਲ ਕਰੇ ਆਖੇ ਤੁਸੀਂ ਉਹ ਆਖੇ ਤੂੰ ਆਪਣੀ ਮਾਂ ਨਾਲ ਗੱਲ ਕਰ ਭੈਣ ਕਵੇ ਵੱਡੀ ਵੀ ਤੂੰ ਮੰਮੀ ਤੂੰ ਆਪ ਜੇ ਤੇ ਆਪ ਸੋਚ ਜੇ ਤੈਨੂੰ ਕੋਈ ਪਸੰਦ ਆ ਜਾਂ ਤੇਰੀ ਮਾਂ ਨੂੰ ਪਸੰਦ ਆ ਤੇ ਤੈਨੂੰ ਪਸੰਦ ਆ ਜੇ ਉਹਨੇ ਆਖਿਆ ਹਾਂ ਮੈਨੂੰ ਪਸੰਦ ਆ ਤੇ ਹੋਣ ਦਿਓ ਹੋਣ ਦਿਓ ਆਪਾਂ ਨੂੰ ਕਿ ਇਹਨਾਂ ਨੂੰ ਲਾਂਭਾ ਨਹੀਂ ਆਊਗਾ ਇਹ ਲਾਂਭਾ ਦੇਣਗੇ ਕਦੋਂ ਵੀ ਕੋਈ ਪ੍ਰੋਬਲਮ ਆਊਗੀ ਨਾ ਫੇਰੇ ਪੈਰਾਂ ਤੇ ਡਿੱਗੂ ਕਿ ਮਾਂ ਵੀ ਸਿੱਧੀ ਹੋ ਜੂ ਹਾਂ ਵੀ ਤੁਸੀਂ ਮੈਂ ਗਲਤ ਸੀ ਤੁਸੀਂ ਸਹੀ ਆ ਹੁਣ ਇਹ ਆਪ ਨਾ ਕਰਾਉਣ ਕਿਤੇ ਵੀ ਰਹਿਤਾ ਇਹਨਾਂ ਨੇ ਬਹੁਤ ਕਰਤਾ ਸੱਦ ਲਿਆ ਸੱਦ ਕੇ ਮੋੜਦੇ ਆ ਲਿਆਉਂਦੇ ਆ ਪਰ ਇਹਨਾਂ ਨੂੰ ਇਹ ਬੜਾ ਲੈਣ ਦਾ ਅੱਜ ਕੱਲ੍ਹ ਸਕੇਤੀ ਪੁੱਤ ਦਾ ਵੇਲਾ ਨਹੀਂ ਉਹ ਤਾਂ ਕੱਲ੍ਹ ਸਾਲੀ ਆ ਠੀਕ ਹੈ ਨਸੀਬ ਜੀ ਦੇਖੋ ਹੋਰ ਸਾਰੇ ਕੀ ਕਹਿੰਦੇ ਆ ਕੁੜੀ ਕੁੜੀ ਤੇ ਗੱਲ ਛੱਡੋ ਮਾਂ ਤੇ ਛੱਡੋ ਲੈ ਵੀ ਤੁਸੀਂ ਭਾਲੋ ਅਸੀਂ ਨਾਲ ਤੁਹਾਡੀ ਹੈਲਪ ਕਰਾਵਾਂਗੇ ਇੱਥੇ ਮੈਰਿਜ ਕਰ ਦਾਂਗੇ ਕੋਰਟ ਮੈਰਿਜ ਕਰ ਦਾਂਗੇ ਤੁਸੀਂ ਮੁੰਡਾ ਭਾਲੋ ਪਰ ਉਹ ਵੀ ਜਾ ਹਾਂ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਠੀਕ ਹੈ ਨਸੀਬ ਜੀ ਹੋਰ ਦੇਖਦੇ ਆ ਕੀ ਕਹਿ ਰਹੇ ਇੱਕ ਹੋਰ ਗੱਲ ਕਲੀਅਰ ਇਹ ਕਰਨੀ ਹੈ ਕਿ ਖਾਲੀ ਰਿਸ਼ਤਾ ਨਹੀਂ ਲੱਭ ਰਹੇ ਉਹ ਕਹਿੰਦੇ ਨੇ ਬਸ ਸੈੱਟ ਕਰਨਾ ਹੈ ਰਿਸ਼ਤਾ ਲੱਭੇ ਨਾ ਲੱਭੇ ਮਤਲਬ ਉਹਦੀ ਅਬਸੈਸ਼ਨ ਇਸ ਵੇਲੇ ਕੁੜੀ ਦਾ ਵਿਆਹ ਕਰਨ ਦੀ ਨਹੀਂ ਲੱਗ ਰਹੀ ਇੰਜ ਲੱਗ ਰਿਹਾ ਉਹਨੂੰ ਇੱਥੇ ਪੱਕਾ ਕਰਨ ਦੀ ਹੈ ਕਿ ਦੋਨੋਂ ਇੱਥੇ ਧੀਆਂ ਹੋ ਜਾਓ ਇਕੱਠੀਆਂ ਹੋ ਜਾਓ ਸੋ ਉਹਦੀ ਜ਼ਿਆਦਾ ਅਬਸੈਸ਼ਨ ਹੈ ਸੋ ਕੋਈ ਵੀ ਤਰੀਕਾ ਈਵਨ ਕਹਿੰਦੇ ਕਿ ਪਿੱਛੇ ਸਟੂਡੈਂਟ ਕੋਈ ਹੈਗੇ ਆ ਉਹਨੂੰ ਪੁੱਛ ਰਹੇ ਹੈ ਵੀ ਤੁਸੀਂ ਕਿਵੇਂ ਕਰ ਸਕਦੇ ਆ ਮੇਰੀ ਧੀ ਦਾ ਵੀ ਇਹ ਕਰਨਾ ਹੈ ਉਹ ਇੱਥੇ ਹੋ ਜਾਏ ਤਾਂ ਕੋਈ ਹੋ ਸਕਦਾ ਇੰਜ ਸੋ ਮਤਲਬ ਉਹ ਹਰ ਇੱਕ ਬੰਦੇ ਨੂੰ ਇਹ ਚੀਜ਼ ਪੁੱਛਣ ਲੱਗ ਜਾਂਦੇ ਆ ਜਿਹੜਾ ਕਿ ਇਹਨਾਂ ਨੂੰ ਠੀਕ ਨਹੀਂ ਲੱਗ ਰਿਹਾ
ਕਿਉਂਕਿ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਬੁਲਾ ਲੈਣਾ, ਫਿਰ ਹਾਂ ਹੋਰ ਸਵਾਲ ਕਰਨੇ, ਸੋ ਉਹ ਚੀਜ਼ ਹੈ ਜਿਹੜੀ ਕਿ ਇਹਨਾਂ ਨੂੰ ਇਸ ਵੇਲੇ ਅੱਖਰ ਯੂ ਨੋ ਠੀਕ ਨਹੀਂ ਲੱਗ ਰਹੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਨਮਸਕਾਰ। ਨਮਸਕਾਰ, ਹਾਂਜੀ ਸੁਦਰਸ਼ਨ ਜੀ, ਕੀ ਕਹਿੰਦੇ ਹੋ ਅੱਜ? ਮੈਂ ਕਹਾਂਗੀ ਕਿ ਲੜਕੀ ਜਿਹੜੀ ਹੈ ਆਪਣੀ ਭੈਣ ਨਾਲ ਪਹਿਲੇ ਗੱਲ ਕਰੇ। ਅੱਛਾ, ਇਹ ਤਰੀਕਾ ਠੀਕ ਨਹੀਂ ਹੈ ਜੋ ਵੀ ਸਾਡੀ ਮੰਮੀ ਸੋਚ ਰਹੀ ਹੈ ਤੇਰੀ ਵਾਸਤੇ। ਠੀਕ ਹੈ, ਇਸ ਤਰ੍ਹਾਂ ਹਰ ਆਰਾ ਗਿਆਰਾ ਬੰਦੇ ਦਾ ਘਰ ਆਉਣਾ ਬਿਲਕੁਲ ਠੀਕ ਨਹੀਂ ਹੈ, ਔਰ ਇਲੀਗਲ ਤੇ ਕੰਮ ਕਰਨਾ ਹੀ ਨਹੀਂ ਹੈ ਜੀ। ਤੈਨੂੰ ਉਹਨਾਂ ਦੇ ਰਿਜ਼ਲਟ ਨਹੀਂ ਪਤਾ ਕਿ ਕੀ ਹਾਲਾਤ ਹੋ ਸਕਦੇ ਨੇ ਤੇਰੇ ਨਾਲ। ਕੋਈ ਵੀ ਤੈਨੂੰ ਅਗਰ ਵਰਗਲਾ ਲਵੇ, ਤੇਰੀ ਮਾਂ ਤੇਰੀ ਚਾਹੁੰਦੀ ਕਿ ਇੱਥੇ ਸੈੱਟ ਹੋ ਜਾਵੇ, ਕੋਈ ਵਰਗਲਾ ਕੇ ਲੈ ਵੀ ਜਾਵੇ ਤੁਹਾਨੂੰ ਕਿ ਅਸੀਂ ਕਰ ਦੇਵਾਂਗੇ, ਤੇ ਉਹਦੇ ਰਿਜ਼ਲਟ ਜਿਹੜੇ ਨੇ ਬੜੇ ਖਰਾਬ ਨੇ, ਤੇ ਅਸੀਂ ਤੇਰੀ ਭਲਾਈ ਚਾਹੁੰਦੇ ਹਾਂ। ਅਗਰ ਉਹਦੀ ਲੜਕੀ ਨਹੀਂ ਸਮਝਾ ਸਕਦੀ ਤਾਂ ਭੈਣ ਨੂੰ ਆਪਣਾ ਵੱਡਾ ਦਿਲ ਕਰੇ ਔਰ ਆਪਣੀ ਮਾਂ ਨਾਲ ਗੱਲ ਕਰੇ ਕਿ ਇਹ ਚੀਜ਼ ਠੀਕ ਨਹੀਂ ਹੈ, ਕਿਉਂਕਿ ਇੱਕ ਵਾਰੀ ਬੁਰੀ ਬਣੇਗੀ ਨਾ ਹਮੇਸ਼ਾ ਦੀ ਟੈਨਸ਼ਨ ਖਤਮ ਹੋ ਜਾਏਗੀ। ਰਾਈਟ, ਦੈਟਸ ਅ ਗੁੱਡ ਥਿੰਗ। ਯਾ, ਇੱਕ ਵਾਰੀ ਬੁਰੀ ਬੰਦੀ ਬਣੇ ਆਪਣੀ ਮਾਂ ਹੈ ਨਾ, ਲੜਕਾ ਤੇ ਨਹੀਂ ਕਹਿ ਸਕਦਾ, ਉਹਦੀ ਮਾਂ ਤੇ ਨਹੀਂ ਹੈ, ਉਹਦੀ ਮਾਂ ਹੋਵੇ ਤੇ ਉਹ ਜ਼ਰੂਰ ਕਹਿ ਦਿੰਦਾ ਕਿ ਤੂੰ ਕੀ ਕਰ ਰਹੀ ਹੈ ਮਾਂ, ਰੋਬ ਨਾਲ ਵੀ ਕਹਿ ਸਕਦਾ ਸੀ, ਇਹਦੀ ਮਾਂ ਨੂੰ ਨਹੀਂ ਕਹਿ ਸਕਦਾ। ਸੋ ਲੜਕੀ ਜਿਹੜੀ ਹੈ ਖੁਦ ਬੁਰੀ ਬਣ ਜਾਏ, ਕੋਈ ਦਿੱਕਤ ਨਹੀਂ ਹੈ। ਉਹ ਠੀਕ ਹੈ ਕਿ 23 ਸਾਲ ਦੇ ਬੱਚੇ ਨੂੰ ਇੱਥੋਂ ਦਾ ਦੇਖ ਕੇ ਖਿਆਲ ਆਇਆ ਕਿ ਠੀਕ ਹੈ ਮੇਰੀ ਮਾਂ ਜੋ ਕਰ ਰਹੀ ਹੈ, ਪਰ ਉਹਨਾਂ ਨੂੰ ਉਹਨਾਂ ਦਾ ਲੌਂਗ ਰਨ, ਉਹਨਾਂ ਦਾ ਰਿਜ਼ਲਟ ਨਹੀਂ ਉਹਨਾਂ ਨੂੰ ਪਤਾ ਚੱਲ ਰਿਹਾ, ਇਸ ਚੀਜ਼ ਨੂੰ ਸਮਝ ਨਹੀਂ ਰਹੇ ਕਿ ਕੀ ਨੁਕਸਾਨ ਹੋ ਸਕਦੇ ਨੇ, ਤੇ ਉਹ ਖੁਦ ਬੁਰੀ ਬਣ ਜਾਏ, ਕਵੇ ਕਿ ਮਾਂ ਹੈ ਮੈਨੂੰ ਬਿਲਕੁਲ ਚੀਜ਼ ਪਸੰਦ ਨਹੀਂ ਹੈ, ਨਾ ਹੀ ਮੇਰੇ ਘਰ ਕੋਈ ਆਏਗਾ, ਜਦੋਂ ਕੋਈ ਲੀਗਲ ਕੰਮ ਠੀਕ ਹੋਏਗਾ ਅਸੀਂ ਸਮਝਾਂਗੇ, ਅਸੀਂ ਕਰਾਂਗੇ, ਉਹਦੇ ਬਾਅਦ ਇਹੋ ਜਿਹਾ ਕੰਮ ਤੁਸੀਂ ਇੱਥੇ ਨਾ ਸੋਚੋ ਬਿਲਕੁਲ। ਅਗਰ ਉਹ ਕਹਿੰਦੇ ਮੇਰੀ ਟਿਕਟ ਬਣਾ ਦਿਓ, ਤੇ ਇਸ ਵਾਰੀ ਦੂਜੀ ਟਿਕਟ ਬਣਾਉਣੀ ਨਾ, ਆਪਣੇ ਭਰਾ ਨੂੰ ਵੀ ਕੰਫੀਡੈਂਸ ਲਵੇ ਜਿਹੜਾ ਉੱਥੇ ਰਹਿੰਦਾ, ਉਹਨੂੰ ਵੀ ਕਵੇ ਕਿ ਮਾਂ ਇਸ ਤਰ੍ਹਾਂ ਕਰ ਰਹੀ ਹੈ, ਥੋੜ੍ਹਾ ਸਮਝਾ ਉਹਨੂੰ। ਠੀਕ ਹੈ, ਠੀਕ। ਅਗਰ ਉਹਦੇ ਨਾਲ ਠੀਕ ਤਲਾਕਾਤ ਨੇ ਬੇਟੇ ਨਾਲ, ਤੇ ਉਹਨੂੰ ਸਮਝਾਵੇ, ਔਰ ਇਹ ਖੁਦ ਦੀ ਬੁਰੀ ਬਣੇਗੀ ਤੇ ਕੰਮ ਹੋਏਗਾ, ਅਦਰਵਾਈਜ਼ ਨਹੀਂ ਕੰਮ ਹੋਣਾ। ਜਿਸ ਤਰ੍ਹਾਂ ਦੀ ਉਸ ਔਰਤ ਦੀ ਪਰਸਨੈਲਿਟੀ ਹੈ ਉਹ ਕੰਮ ਖਰਾਬ ਕਰੇਗੀ ਬਹੁਤ। ਬਹੁਤ ਵਧੀਆ ਸੁਦਰਸ਼ਨ ਜੀ, ਹੋਰ ਵੀ ਕੁਝ ਧਿਆਨ ਆਏ ਜ਼ਰੂਰ ਦੱਸਿਓ। ਲੈਂਦੀ ਹੈ ਇੱਕ ਛੋਟੀ ਜਿਹੀ ਬ੍ਰੇਕ, ਡੂ ਨਾਟ ਗੋ ਐਨੀਵੇਅਰ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੁੱਤ, ਸਤਿ ਸ਼੍ਰੀ ਅਕਾਲ। ਮੈਂ ਤਾਂ ਪਹਿਲੀ ਵਾਰ ਫੋਨ ਤੁਹਾਨੂੰ ਲਾਇਆ ਜੀ। ਥੈਂਕ ਯੂ ਫੋਰ ਕਾਲਿੰਗ। ਕੌਣ ਬੋਲਦੇ ਹੋ? ਹਾਂਜੀ, ਮੈਂ ਜਸਵੀਰ ਕੌਰ ਬੋਲਦੀ ਹਾਂ। ਜਸਵੀਰ ਜੀ, ਸਵਾਗਤ ਹੈ ਤੁਹਾਡਾ, ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਤਾਂ ਪੁੱਤ ਇਹ ਕਹਿੰਦੀ ਹਾਂ ਵੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਨਾ ਬੱਚੇ, ਪਹਿਲੋਂ ਦੇ ਰਹਿਣ ਵਾਲੇ ਜੀ, ਉਹਨਾਂ ਨੂੰ ਇੱਥੋਂ ਦੇ ਰੂਲਾਂ ਦਾ ਸਾਰਾ ਪਤਾ ਹੈ ਵੀ ਇੱਥੇ ਕੀ ਰੂਲ ਚੱਲਦੇ, ਵੀ ਬੱਚੇ ਜਿਹੜੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਪਹਿਲਾਂ ਹੀ ਫਰੈਂਡ ਬਣਾਏ ਹੁੰਦੇ ਆ, ਠੀਕ ਹੈ ਨਾ? ਹਾਂਜੀ। ਤੇ ਜਿਹੜੀ ਹੁਣ ਭੈਣ ਉੱਥੋਂ ਇੰਡੀਆ ਤੋਂ ਆਈ ਹੈ, ਉਹ ਹੁਣ ਉੱਥੋਂ ਇੰਡੀਆ ਤੋਂ ਕਾਹਲੀ ਪੈਂਦੀ ਹੈ ਵੀ ਦਵਾ ਦਵਾ ਇੱਥੇ ਸੈੱਟ ਹੋ ਜਾਏ ਇੱਥੇ ਪੁੱਤ, ਹੁਣ ਸਾਨੂੰ ਇੱਥੇ 10 ਸਾਲ ਰਹਿੰਦਿਆਂ ਨੂੰ ਹੋ ਗਏ ਨੇ, ਇੱਡੀ ਛੇਤੀ ਬੱਚਾ ਉੱਥੋਂ ਇੰਡੀਆ ਤੋਂ ਆਣ ਕੇ ਉਹ ਨਾਲੇ ਆਇਆ ਕੱਚੇ ਤੌਰ 'ਤੇ ਆ ਟੂਰਿਸਟ ਵੀਜ਼ੇ 'ਤੇ, ਇੱਡੀ ਛੇਤੀ ਪੱਕਾ ਜਾਂ ਸੈੱਟ ਹੋ ਨਹੀਂ ਸਕਦਾ, ਟਾਈਮ ਲੱਗੇਗਾ ਪੁੱਤ। ਇਹ ਤਾਂ ਥੋੜ੍ਹਾ ਜਿਹਾ ਉਹਨੂੰ ਨਾ ਹੌਂਸਲਾ ਕਰਨਾ ਚਾਹੀਦਾ ਵੀ ਹੌਂਸਲਾ ਕਰੇ, ਤੇ ਇਹ ਵੀ ਬੱਚੇ ਕਿਤੇ ਢੂੰਡਦੇ ਰਹਿਣਗੇ ਤੇ ਕਿਤੇ ਚੰਗੀ ਥਾਂ, ਜੇ ਉਹਦੀ ਕਿਸਮਤ ਇੱਥੇ ਹੈਗੀ ਹੈ ਤੇ ਕਿਤੇ ਚੰਗੀ ਥਾਂ ਤੇ ਕੰਮ ਬਣ ਜੇ, ਤੇ ਇਹਨੂੰ ਕਿਹੜਾ ਮਾੜਾ ਲੱਗਦਾ ਭੈਣ ਨੂੰ ਵੀ ਚੱਲ ਭੈਣ ਕੋਲ ਆ ਜੀ, ਆ ਜਾਏਗੀ ਵੀ ਦੁਪਹਿਰ ਆ ਰਹੀ ਹੈ ਕੋਈ, ਨਾ ਉਹਨੂੰ ਹੀ ਦੁਪਹਿਰ ਆ ਰਹੀ ਹੈ ਵੀ ਜਿੰਨਾ ਸੱਦ ਵੀ ਲਿਆ ਹੈ ਉੱਥੋਂ ਤੇ ਸਾਰੇ ਕੰਮ ਕਰ ਲਏ ਆ, ਤੇ ਕਾਹਲੀ ਨਾ ਪਵੇ, ਇੱਥੋਂ ਦੇ ਰੂਲਾਂ ਦਾ ਇਹਨਾਂ ਬੱਚਿਆਂ ਨੂੰ ਜ਼ਿਆਦਾ ਪਤਾ ਹੈ। ਬਿਲਕੁਲ ਬਿਲਕੁਲ ਜੀ, ਹਾਂਜੀ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਓਕੇ ਜੀ, ਓਕੇ, ਥੈਂਕ ਯੂ ਜੀ, ਇਸੇ ਤਰ੍ਹਾਂ ਕਾਲ ਕਰਦੇ ਰਿਹਾ ਕਰੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲਦੇ ਹੋ ਜੀ? ਮੈਂ ਅਜਿੰਦਰ ਬੋਲ ਰਹੀ ਹਾਂ ਨਿਊ ਜਰਸੀ ਤੋਂ। ਅਜਿੰਦਰ ਜੀ, ਸਵਾਗਤ ਹੈ। ਚਾਹੁੰਦੇ ਹਾਂ ਕਿ ਸਟੂਡੈਂਟ ਵੀਜ਼ਾ ਕੀ ਕਹਿੰਦੇ ਆ, ਇਹ ਤਾਂ ਹੋ ਸਕਦਾ ਹੈ ਜਿਹੜੇ ਕਮਿਊਨਿਟੀ ਕਾਲਜ ਹੁੰਦੀਆਂ ਨੇ ਉਹਨਾਂ ਨਾਲ ਜੇ ਗੱਲ ਕਰੇ ਕਾਲਜ ਵਾਲੇ, ਤੇ ਉਹ ਨਾ ਸਟੂਡੈਂਟ ਵੀਜ਼ਾ ਕਰ ਦਿੰਦੇ ਨੇ। ਕਈ ਮੈਂ ਬੱਚੇ ਦੇਖੇ ਨੇ ਜਿਨ੍ਹਾਂ ਦਾ ਸਟੂਡੈਂਟ ਵੀਜ਼ਾ ਹੋਇਆ ਹੋਇਆ। ਹਾਂਜੀ ਹਾਂਜੀ, ਤੇ ਉਹ ਜੇ ਟਰਾਈ ਕਰੇ ਤਾਂ ਕਮ ਸੇ ਕਮ ਲੀਗਲ ਹੋ ਜਾਏਗੀ, ਜਦ ਤੱਕ ਉਹ ਪੜ੍ਹਾਈ ਕਰੇਗੀ ਉਹਨੂੰ ਸਟੂਡੈਂਟ ਵੀਜ਼ਾ ਮਿਲ ਜਾਏਗਾ। ਜੀ ਬਿਲਕੁਲ, ਹਾਂਜੀ, ਉਹੀ ਆਈ ਥਿੰਕ ਅਸੀਂ ਉਹ, ਮੈਂ ਜ਼ਰੂਰ ਇਹੀ ਕਹਾਂਗੀ ਤੁਹਾਡੇ ਗੱਲ ਤੋਂ ਮੈਨੂੰ ਧਿਆਨ ਆਇਆ ਕਿ ਜ਼ਰੂਰ ਕਿਸੇ ਅਟਰਨੀ ਨੂੰ ਵੀ ਪੁੱਛਣ, ਕਿਉਂਕਿ ਸਾਰੇ ਘਰ ਦਾ ਡਿਪੈਂਡ ਕਰਦਾ ਹੈ ਖਰਚਾ ਇੰਟਰਨੈਸ਼ਨਲ ਸਟੂਡੈਂਟ ਨਾਲ ਟ੍ਰਿਪਲ ਦੇਣਾ ਪੈਂਦਾ ਹੈ ਉਹਨਾਂ ਨੂੰ। ਹਾਂਜੀ ਬਿਲਕੁਲ, ਸੋ ਉਹ ਵੀ ਇਸੀ ਭੈਣ ਨੂੰ ਤੇ ਜੀਜੇ ਨੂੰ ਦੇਣਾ ਪਏਗਾ ਜਾਂ ਕੀ, ਜੋ ਇਹਨਾਂ ਦੀ ਸਿਚੁਏਸ਼ਨ ਹੈ ਇਹਨਾਂ ਨੂੰ ਪਤਾ ਹੈ, ਬਟ ਇਹਨਾਂ ਨੂੰ ਚੂਜ਼ ਕਰਨਾ ਚਾਹੀਦਾ ਕੋਈ ਲੀਗਲ ਵੇ ਕਿਸੇ ਅਟਰਨੀ ਨੂੰ ਕੰਸਲਟ ਕਰਕੇ, ਸੋ ਦੈਟਸ ਅ ਗੁੱਡ ਅਟਰਨੀ। ਵੈਸੇ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਕੁਝ ਕਰ ਪਾਏਗਾ, ਇਹਦੇ ਕੋਲ ਸਟੂਡੈਂਟ ਵੀਜ਼ਾ ਹੋਗਾ ਤੇ ਪਾਰਟ ਟਾਈਮ ਜੌਬ ਵੀ ਕਰ ਸਕੇ। ਯਾ,
ਜ਼ਿਆਦਾ ਬੈਟਰ ਹੋਗਾ ਕਿ ਕਮਿਊਨਿਟੀ ਕਾਲਜ ਨਾਲ ਗੱਲ ਕਰਨ ਤਾਂ ਵਕੀਲ ਦਾ ਵੀ ਖਰਚਾ ਅਟੋਰਨੀ ਦਾ ਇਹਨਾਂ ਦਾ ਬਚੇਗਾ ਤੇ ਉੱਥੋਂ ਸਟੂਡੈਂਟ ਵੀਜ਼ਾ ਹੋਏ ਆਪਣਾ ਉੱਥੇ ਪੜ੍ਹਾਈ ਵੀ ਕਰੇ ਨਾਲ ਕੰਮ ਕਰੇ ਤੇ ਖਰਚੇ ਵੀ ਇਹਦੇ ਪੂਰੇ ਹੋ ਜਾਣਗੇ ਜੀ ਦੈਟਸ ਅ ਗੁੱਡ ਗੁੱਡ ਹਾਂ ਤੇ ਮੈਂ ਸਟੂਡੈਂਟ ਜਿਨ੍ਹਾਂ ਨੂੰ ਜਾਣਦੀ ਹਾਂ ਉਹਨਾਂ ਦਾ ਕਮਿਊਨਿਟੀ ਕਾਲਜ ਨੇ ਸਟੂਡੈਂਟ ਵੀਜ਼ਾ ਕੀਤਾ ਹੋਇਆ ਓਕੇ ਓਕੇ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਜੀ ਥੈਂਕ ਯੂ ਯਾ ਯੂ ਨੋ ਗੱਲ ਉਹੀ ਹੈ ਕਿਉਂ ਬਿਲਕੁਲ ਉਹ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਦੱਸਿਆ ਹੈ ਜਿਸ ਤਰ੍ਹਾਂ ਕਹਿ ਰਹੇ ਨੇ ਅਜਿੰਦਰ ਜੀ ਖੁਦ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਵੀ ਆਰ ਨੋਟ ਇਨ ਐਕਸਪਰਟ ਇਨ ਦਿਸ ਕਿ ਕੌਣ ਕੀ ਕਰ ਸਕਦਾ ਹੈ ਸੋ ਕੰਸਲਟ ਜ਼ਰੂਰ ਰਹੀ ਜਿਹੜਾ ਮੁੰਡਾ ਪੁੱਛ ਰਿਹਾ ਸਾਨੂੰ ਜੀਜਾ ਕੁੜੀ ਦਾ ਉਹ ਖੁਦ ਮੈਨੂੰ ਕਹਿ ਰਹੇ ਨੇ ਕਿ ਮੈਂ ਵੀ ਚਾਹੁੰਦਾ ਕਿ ਉਹਦਾ ਹੋ ਜਾਏ ਸੋ ਰਾਈਟ ਵੇਅ ਜ਼ਰੂਰ ਉਹ ਫੋਲੋ ਕਰਨ ਤਾਂ ਕਿ ਸ਼ਾਇਦ ਉਹਨਾਂ ਨੂੰ ਥੋੜ੍ਹੀ ਜਿਹੀ ਸ਼ਾਂਤੀ ਆਏ ਵੀ ਇਹ ਕੋਸ਼ਿਸ਼ ਕਰ ਰਹੇ ਨੇ ਸੋ ਐਂਡ ਆਈ ਐਗਰੀ ਵਿਦ ਯੂ ਨੋ ਪਹਿਲੇ ਵਿਊਅਰਸ ਜਿਨ੍ਹਾਂ ਨੇ ਕਿਹਾ ਬੈਠ ਕੇ ਉਹਨਾਂ ਨੂੰ ਦੱਸਣਾ ਪਏਗਾ ਕਿ ਦਿਸ ਇਜ਼ ਨੋਟ ਵਟ ਇਸ ਤਰ੍ਹਾਂ ਨਹੀਂ ਚੱਲੇਗਾ ਡੋਂਟ ਬ੍ਰਿੰਗ ਜਸਟ ਐਨੀ ਵਨ ਕਿ ਯੂ ਨੋ ਇੱਕ ਡੈਸਪਰੇਸ਼ਨ ਜੀ ਜਿਹੜੀ ਦਿਖਾ ਰਹੇ ਹੋ ਤੁਸੀਂ ਜਾਂ ਓਬਸੈਸ਼ਨ ਦਿਖਾ ਰਹੇ ਹੋ ਕਿ ਹਾਂ ਜਿਹੜਾ ਮਿਲਦਾ ਤੁਸੀਂ ਉਹਦੇ ਨਾਲ ਇਹੀ ਗੱਲ ਕਰਦੇ ਹੋ ਉਹ ਸਾਡੇ ਵਾਸਤੇ ਠੀਕ ਨਹੀਂ ਹੈ ਸੋ ਉਹੀ ਜਿਵੇਂ ਸੁਦਰਸ਼ਨ ਜੀ ਨੇ ਕਿਹਾ ਕਿ ਕੁੜੀ ਨੂੰ ਇਹ ਗੱਲ ਜ਼ਰੂਰ ਕਰਨੀ ਪਏਗੀ ਮਾੜੀ ਬਣਦੀ ਹੈ ਬੇਸ਼ੱਕ ਪਰ ਇਟ ਇਜ਼ ਗੁੱਡ ਫੋਰ ਦੈਮ ਐਂਡ ਗੁੱਡ ਫੋਰ ਦੈਮ ਔਰ ਬੜੀ ਸਹੀ ਗੱਲ ਹੈ ਕਿ ਕਈ ਵਾਰੀ ਯੂ ਨੋ ਕਿੰਨੀ ਕੁ ਦੇਰ ਧੀ ਸਹਿੰਦੀ ਰਹੇਗੀ ਉਹਨਾਂ ਦਾ ਇਹ ਤਰੀਕਾ ਬਾਰ 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 ਔਰ ਸਟ੍ਰੈਸ ਪਰ ਆਪਸ ਵਿੱਚ ਇਹਨਾਂ ਦੇ ਫ੍ਰਿਕਸ਼ਨ ਨਹੀਂ ਹੋਣੀ ਚਾਹੀਦੀ ਸੋ ਵਾਈਫ ਨੂੰ ਕਿਉਂਕਿ ਦੋਨੋਂ ਸੁਣ ਰਹੇ ਨੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਕਿ ਹਾਂ ਮੈਂ ਆਪਣੀ ਮਦਰ ਨਾਲ ਸਹੀ ਬੈਠ ਕੇ ਗੱਲ ਕਰਨੀ ਜ਼ਰੂਰ ਹੈ ਭਾਵੇਂ ਮੈਂ ਮਾੜੀ ਬਣਾ ਇਸ ਚੀਜ਼ 'ਚ ਆਈ ਅੰਡਰਸਟੈਂਡ ਕਿ ਉਹਨਾਂ ਨੂੰ ਇਸ ਚੀਜ਼ ਦਾ ਡਰ ਹੈ ਕਿ ਉਹ ਕਹਿਣਗੇ ਕਿ ਤੁਸੀਂ ਚਾਹੁੰਦੇ ਨਹੀਂ ਸਾਨੂੰ ਇੰਨੇ ਇੱਥੇ ਨਹੀਂ ਅਸੀਂ ਚਾਹੁੰਦੇ ਹਾਂ ਪਰ ਇਹ ਨਹੀਂ ਅਸੀਂ ਚਾਹੁੰਦੇ ਹਾਂ ਫਾਈਨਲੀ ਤੁਸੀਂ ਇੱਥੇ ਆਓ ਸੋਹਣੀ ਤਰ੍ਹਾਂ ਇੱਥੇ ਰਹੋ ਇੰਡੀਪੈਂਡੈਂਟ ਹੋਵੋ ਬਟ ਇਹ ਨਹੀਂ ਕਿਉਂਕਿ ਉਹੀ ਜਿਵੇਂ ਹੋਰ ਵੀਅਰ ਨੇ ਕਿਹਾ ਹੈ ਕਿ ਇੱਥੇ ਦਾ ਰੂਲ ਇੱਥੇ ਦਾ ਸਾਰਾ ਕੁਝ ਇੱਥੇ ਦੇ ਬੱਚਿਆਂ ਨੂੰ ਪਤਾ ਹੈ ਸੋ ਬੇਸਿਕਲੀ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਟਰੱਸਟ ਕਰਨ ਬਟ ਦੈਟਸ ਨੋਟ ਹੈਪਨਿੰਗ ਸੋ ਜ਼ਰੂਰ ਇੱਕ ਹੋਰ ਕਾਲ ਲੈਂਦੇ ਹਾਂ ਫਿਰ ਦੇਖਦੇ ਹਾਂ ਕਿ ਕੀ ਕਹਿ ਰਹੇ ਨੇ ਸਾਰੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਮੈਂ ਗੁਰਦੀਪ ਬੋਲਦਾ ਜੀ ਹਾਂਜੀ ਗੁਰਦੀਪ ਜੀ ਦੱਸੋ ਜ਼ਿੰਦਗੀ ਵੀ ਕੁਝ ਸਿਧਾਂਤਾਂ ਉੱਪਰ ਹੀ ਸਹੀ ਚੱਲ ਰਹੀ ਆ ਅਰਵਿੰਦ ਜੀ ਹਰ ਜ਼ਿੰਦਗੀ ਨੂੰ ਚਲਾਉਣ ਲਈ ਜੇ ਸਿਧਾਂਤ ਬਿੰਗੇ ਟੇਢੇ ਹੋ ਜਾਣ ਤਾਂ ਜ਼ਿੰਦਗੀ ਦੇ ਪੈਂਟੇ ਵੀ ਤੈਅ ਕਰਨੇ ਮੁਸ਼ਕਲ ਹੋ ਜਾਂਦੇ ਆ ਸੋ ਗਲਤੀ ਕਿੱਥੇ ਹੋਈ ਹੈ ਮੈਂ ਇੱਕ ਸ਼ੇਰ ਦੇ ਦੁਆਰਾ ਦੱਸਦਾ ਕਿੱਥੇ ਗਲਤੀ ਹੋਏ ਨਾ ਤਾਂ ਇਤਨੇ ਕੜਵੇ ਬਣੋ ਕਿ ਕੋਈ ਥੂਕ ਦੇ ਨਾ ਹੀ ਇਤਨੇ ਮਿੱਠੇ ਬਣੇ ਬਣੋ ਕਿ ਕੋਈ ਨਿਕਲ ਜਾਏ ਇਹਨਾਂ ਨੇ ਇੱਥੇ ਗਲਤੀ ਕੀਤੀ ਆ ਕਿ ਮਿੱਠੇ ਬਹੁਤ ਬਣ ਗਏ ਤੇ ਉਹ ਦੂਜੇ ਬੰਦੇ ਨੇ ਉਹਦਾ ਨਜਾਇਜ਼ ਫਾਇਦਾ ਉਠਾ ਲਿਆ ਤੇ ਇਹ ਜਿਹੜੀ ਇਹਨਾਂ ਦੀ ਸੱਸ ਹੈ ਇਹ ਆਦਮੀ ਵੀ ਜ਼ਰੂਰ ਇਹਦਾ ਕੁੜੀ ਦਾ ਜਿਹੜੀ ਇਹਨਾਂ ਦੇ ਘਰ ਵਾਲੇ ਦੀ ਕੁੜੀ ਹੈ ਲੜਕੀ ਵਹੁਟੀ ਹੈ ਉਹ ਫਾਦਰ ਵੀ ਦੁਖੀ ਗਿਆ ਹੋਏਗਾ ਐਸੀ ਲੇਡੀ ਤੋਂ ਇਹ 'ਚ ਕੋਈ ਸ਼ੱਕ ਨਹੀਂ ਹੈ ਚਾਹੇ ਪੁੱਛ ਕੇ ਦੇਖ ਲਿਆ ਉਹ ਵਿਚਾਰੇ ਨੇ ਦਿਨ ਕਿੱਦਾਂ ਕੱਟੇ ਹੋਣੇ ਆ ਸੋ ਇਹੋ ਜਿਹੀ ਪਰਸਨੈਲਿਟੀ ਨੂੰ ਕੀ ਕਰਨਾ ਪੈਂਦਾ ਟਾਈਟ ਸਖਤੀ ਲੈਣੀ ਜ਼ਰੂਰੀ ਹੈ ਹੁਣ ਆਦਮੀ ਸਖਤੀ ਲਏਗਾ ਤੇ ਉਹ ਆਕੜ ਲੱਗੇਗਾ ਤੇ ਹਸਬੈਂਡ ਦੀ ਵਾਈਫ ਨੂੰ ਹੀ ਵੱਧ ਤੋਂ ਵੱਧ ਸਟੈਪ ਚੱਕਣਾ ਪਏਗਾ ਉਹ ਚਾਹੇ ਆਪਣੀ ਭੈਣ ਨੂੰ ਸਮਝਾਵੇ ਕਿ ਏਦਾਂ ਨੀ ਏਦਾਂ ਕੁੜੀ ਏਦਾਂ ਨੀ ਏਦਾਂ ਇੱਥੇ ਦਾ ਸਿਸਟਮ ਇਸ ਤਰ੍ਹਾਂ ਸਾਰਾ ਕੁਛ ਉਹਦੀ ਨੌਲੇਜ 'ਚ ਦੇਵੇ ਜਿਹੜੇ ਪੰਜਾਬ ਤੋਂ ਆਉਂਦੇ ਆ ਉਹਨਾਂ ਨੂੰ ਇੱਥੇ ਦਾ ਪਤਾ ਹੀ ਨਹੀਂ ਲੱਗਦਾ ਔਰ ਭੂਤ ਪਰੀ ਦੇ ਵਿੱਚ ਗਲਤ ਰਿਸ਼ਤਾ ਹੋ ਜਾਏਗਾ ਸੋ ਉਹ ਜਿੱਦਾਂ ਨਸੀਬ ਜੀ ਨੇ ਕਿਹਾ ਨਾ ਕਿ ਟਿਕਣ ਤਾਂ ਉਹਨੇ ਦੇਣਾ ਨੀ ਜੇ ਗਲਤ ਹੋ ਗਿਆ ਤਾਂ ਉਹਨੇ ਕਹਿਣਾ ਤੁਸੀਂ ਕਰਾਇਆ ਜੇ ਉਹ ਉਹਦੇ ਤੇ ਇੱਕੋ ਇੱਕ ਫਾਰਮੂਲਾ ਆ ਕਿ ਉਹ ਤੁਹਾਨੂੰ ਨਿਕਲ ਨਾ ਜਾਏ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਇੰਨੀ ਅਪਸੈਟ ਕਰ ਸਕਦੀ ਹੈ ਕਿ ਤੁਹਾਡੀ ਘਰ ਵਿੱਚ ਜੀਣਾ ਵੀ ਮੁਸ਼ਕਲ ਹੋ ਜਾਏਗਾ ਸੋ ਤੁਹਾਡੀ ਲਾਈਫ ਨੂੰ ਤਬਾਹ ਨਹੀਂ ਕਰਨਾ ਆਪਣੇ ਹੌਸਲੇ ਨਾਲ ਚਾਹੇ ਪਿਆਰ ਨਾਲ ਸਮਝਾ ਲਓ ਜੇ ਨਹੀਂ ਪਿਆਰ ਨਾਲ ਆਉਂਦਾ ਤਾਂ ਫਿਰ ਸਖਤੀ ਕਰੋ ਕਰਨਾ ਬਣਦਾ ਪਰ ਔਰਤ ਤੋਂ ਵੀ ਵਾਈਫ ਕਰੇ ਆਪਣੀ ਭੈਣ ਨੂੰ ਵੀ ਸਮਝਾਵੇ ਤੇ ਉਹਨੂੰ ਤੇ ਨਸੀਬ ਜੀ ਦਾ ਵਿਚਾਰ ਮੈਨੂੰ ਜ਼ਿਆਦਾ ਵਧੀਆ ਲੱਗਿਆ ਥੈਂਕ ਯੂ ਜੀ ਬਹੁਤ ਵਧੀਆ ਗੁਰਦੀਪ ਜੀ ਥੈਂਕ ਯੂ ਸੋ ਮਚ ਲੈਟਸ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਫੋਰ ਕਾਲਿੰਗ ਦੱਸੋ ਕੀ ਕਹਿੰਦੇ ਹੋ ਅਰਵਿੰਦ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੀ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਬਹੁਤ ਕੰਟਰੋਲਿੰਗ ਬੰਦਾ ਆਉਂਦਾ ਨਾ ਹਾਂਜੀ ਹਾਂਜੀ ਮੈਂ ਸੋਚਿਆ ਕਿ ਤੁਸੀਂ ਅੱਛਾ ਉਹ ਸਾਡੀ ਚੇਤਨਾ ਨੂੰ ਦੇ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੁੰਦਾ ਕਿ ਤੁਸੀਂ ਸੱਚ ਨੂੰ ਕਹਿਣ ਦੀ ਜ਼ਰੂਰਤ ਜਿਹੜੀ ਆ ਉਹਨੂੰ ਦਬਾਓ ਨਾ ਸੋ ਇਸ ਕਰਕੇ ਮੇਰੀ ਇਹਨਾਂ ਦੇ ਅੱਗੇ ਇਹੀ ਬੇਨਤੀ ਆ ਕਿ ਇਹ ਇਹੀ ਸੋਚਣ ਕਿ ਸਾਡੇ ਚੇਤਨਾ ਦੇ
ਜਿਹਨੂੰ ਦਰਵਾਜ਼ੇ ਦੇ ਦਸਤਕ ਹੈਗੀ ਆ ਕਿ ਜੋ ਕੁਛ ਵੀ ਸਾਨੂੰ ਅੰਦਰੋਂ ਮਹਿਸੂਸ ਹੋ ਰਿਹਾ ਕਿ ਇਹ ਠੀਕ ਨਹੀਂ ਹੋ ਰਿਹਾ ਉਹ ਸਾਫ ਸਾਫ ਉਹਨਾਂ ਦੇ ਨਾਲ ਬਹਿ ਕੇ ਗੱਲ ਕਰ ਲੈਣ। ਡਰਾਮਾ ਤਾਂ ਹੋ ਸਕਦਾ ਹੋਵੇਗਾ ਥੋੜਾ ਜਿਹਾ, ਕਿਉਂਕਿ ਜਿਹੜੇ ਕੰਟਰੋਲਿੰਗ ਬੰਦੇ ਆ ਉਹਨਾਂ ਦੀ ਇਹ ਨੇਚਰ ਹੁੰਦੀ ਆ ਕੋਈ ਡਰਾਮਾ ਥੋੜਾ ਜਿਹਾ ਕ੍ਰੀਏਟ ਕਰਦੇ ਆ, ਪਰ ਜਿੱਦਾਂ ਇਹਨਾਂ ਨੂੰ ਪਹਿਲੀ ਉਹ ਚੀਜ਼ ਦਾ ਮਤਲਬ ਮਹਿਸੂਸ ਕਰਨ ਕਿ ਇਹ ਤਾਂ ਕਿਉਂਕਿ ਇਹਨਾਂ ਨੇ ਪਹਿਲਾਂ ਉਸ ਚੀਜ਼ ਨੂੰ ਨਹੀਂ ਬੰਦ ਨਹੀਂ ਕੀਤਾ ਨਾ, ਹੁਣ ਥੋੜਾ ਸਮਾਂ ਪੈ ਗਿਆ, ਜੇ ਇਹਨੂੰ ਇੱਕ ਦੋ ਵਾਰ ਤੋਂ ਬਾਅਦ ਇਹ ਬੈਠ ਜਾਂਦੇ ਉਹਦੇ ਨਾਲ ਗੱਲ ਕਰ ਲੈਂਦੇ ਉਹ ਜਲਦੀ ਇਸ ਲੱਕ ਲਿਪਦਾ ਹੀ ਉਗਲਿੰਦਾ ਵੱਡ ਜਿੱਦਾਂ ਆਪਾਂ ਕਹੀਦਾ ਨਾ, ਉਹ ਜਲਦੀ ਫਿਰ ਹੋ ਜਾਣਾ ਸੀ। ਸੋ ਹੁਣ ਪਰ ਇਹਨਾਂ ਨੂੰ ਬਹੁਤ ਕਲੀਅਰਲੀ ਉਹਨਾਂ ਨਾਲ ਗੱਲ ਕਰ ਲੈਣ। ਹਾਂ ਮੈਂ ਹਮੇਸ਼ਾ ਅੱਗੇ ਵੀ ਕਹਿੰਦੀ ਹਾਂ ਕਿ ਅਗਰ ਨਹੀਂ ਕਰ ਸਕਦੇ ਉਹ ਇੰਡੀਆ ਹੈਗਾ ਤਾਂ ਲਿਖ ਕੇ ਆਪਣਾ ਦੱਸ ਦੇਣ ਕਿ ਇਹ ਚੀਜ਼ ਸਾਨੂੰ ਜਿਹੜੀ ਆ ਨਹੀਂ, ਤੁਹਾਨੂੰ ਅਸੀਂ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਹਰ ਕਦਮ ਨਾਲ ਤੁਹਾਡੇ ਨਾਲ ਖੜੇ ਹਾਂ ਅਸੀਂ, ਪਰ ਇਹ ਚੀਜ਼ ਜਿਹੜੀ ਆ ਇਹ ਸਾਨੂੰ ਬਹੁਤ ਸਟ੍ਰੈਸ ਵਿੱਚ ਪਾ ਰਹੀ ਆ, ਔਰ ਤੁਹਾਡਾ ਅੱਗੇ ਬੇਨਤੀ ਹੈਗੀ ਇਹ ਨਾ ਕਰੋ, ਅਸੀਂ ਉਸ ਬੱਚੀ ਦੇ ਲਈ ਜੋ ਕੁਛ ਵੀ ਕਰਨਾ ਕਰ ਸਕਦੇ ਹਾਂ ਕਰਨ ਦਾ ਪ੍ਰਯਤਨ ਕਰ ਰਹੇ ਹਾਂ ਔਰ ਕਰਾਂਗੇ। ਠੀਕ ਹੈ, ਬਹੁਤ ਵਧੀਆ। ਸੋ ਦੈਟਸ ਅ ਗ੍ਰੇਟ ਸੁਜੈਸ਼ਨ ਕਿ ਸਾਹਮਣੇ ਆਮਣੇ ਅਗਰ ਗੱਲ ਨਹੀਂ ਹੋ ਸਕਦੀ, ਲੱਗਦਾ ਹੈ ਕਿ ਉਹ ਨਹੀਂ ਸਿਰੇ ਚੜੇਗੀ ਪਰਸਨੈਲਿਟੀ ਇੰਜ ਹੈ, ਤੇ ਲਿਖ ਕੇ ਗੱਲ ਆਪਣੀ ਕਹਿ ਜ਼ਰੂਰ ਦਿਓ। ਬਿਲਕੁਲ, ਐਬਸੋਲੂਟਲੀ ਨਹੀਂ ਇਹਨਾਂ ਨੂੰ, ਕਿਉਂਕਿ ਉਹਦੇ ਨਾਲ ਇਹ ਹੈਗਾ ਕਿ ਇਹਨਾਂ ਦੀ ਆਪਣੀ ਜਿਹੜਾ ਅੰਦਰ ਹੈ ਮਤਲਬ ਜਿਹੜਾ ਕੌਨਸਟੈਂਟ ਫਰਸਟ੍ਰੇਸ਼ਨ ਹੈਗੀ ਆ ਨਾ ਉਹ ਖਤਮ ਹੋ ਜਾਏਗੀ। ਉਹ ਇਹਨਾਂ ਨੂੰ ਇੱਕਦਮ ਇਹ ਸਟੈਪ ਤਾਂ ਲੈਣਾ ਹੀ ਪੈਣਾ, ਇਟਸ ਨਾਟ ਈਵਨ ਜਸਟ ਹਰਟ ਕੈਨ ਬੀ ਐਨੀ, ਜੇ ਉਹਨਾਂ ਨੂੰ ਨਹੀਂ ਰੋਕਣਗੇ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਹੋਰ ਇਨਸਾਨ ਐਸਾ ਆਏਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਨ ਦਾ ਪ੍ਰਯਤਨ ਕਰੇਗਾ, ਔਰ ਦੇ ਹੈਵ ਟੂ ਅਵੇਕਨ ਟੂ ਦੈਟ ਪਾਵਰ। Right, right. That's great. Satwanji, thank you so much for, you know, reminding everyone ki eh nahi ki zaruri eh hi kar rahe ne. Aur controlling da main dobara, you know, thoda ja ode bare gal karna chahwangi, kyunki assi sochde hain control ohi karde hain jehde yell karde hain ya order karde hain, dominate karde hain. Nahi, kai bande control hun eh jehdi personality hai oh outspoken hai, ਪਰ ਸੈਂਸਿਟੀਵਿਟੀ ਆਪਣੀ ਐਸੀ ਮੇਨਟੇਨ ਕੀਤੀ ਹੋਈ ਕਿ ਮੈਂ ਮੈਨੂੰ ਇੰਜ ਨਹੀਂ ਤੁਸੀਂ ਕਹਿ ਸਕਦੇ, ਬਿਕੋਜ਼ ਤੁਸੀਂ ਇਹ ਜਿਵੇਂ ਦੋਨੋਂ ਹਸਬੈਂਡ ਵਾਈਫ ਡਰਦੇ ਹੈ ਜੇ ਇਹ ਕਹਿਤਾ ਤਾਂ ਉਹ ਇੰਜ ਕਰਨਗੇ, ਇਹ ਕਹਿਤਾ ਤਾਂ ਇੰਜ, ਉਹ ਵੀ ਕੰਟਰੋਲ ਹੈ। ਯੂ ਨੋ, ਕਈ ਵਾਰੀ ਤੁਸੀਂ ਇਮੋਸ਼ਨਸ ਨਾਲ ਕੰਟਰੋਲ ਕਰ ਰਹੇ ਹੋ, ਕਦੀ ਰੋ ਕੇ ਕੰਟਰੋਲ ਕਰ ਰਹੇ ਹੋ, ਕਦੀ ਤੁਸੀਂ ਯੂ ਨੋ ਯੈਲ ਕਰਕੇ ਕੰਟਰੋਲ ਕਰ ਰਹੇ ਹੋ। ਕੰਟਰੋਲਿੰਗ ਇਜ਼ ਕਿ ਤੁਸੀਂ ਆਪਣੇ ਹਿਸਾਬ ਨਾਲ ਸਿਚੁਏਸ਼ਨ ਨੂੰ ਜਾਂ ਸਾਰਿਆਂ ਨੂੰ ਐਕਟ ਕਰਨ ਨੂੰ ਮਜਬੂਰ ਕਰ ਰਹੇ ਹੋ। ਸੋ ਠੀਕ, ਯੂ ਨੋ, ਇਹ ਕਹਿ ਰਹੇ ਨੇ ਕਿ ਕੰਟਰੋਲਿੰਗ ਨੇ, ਔਰ ਇਹ ਬੜਾ ਅੱਛਾ ਮੌਕਾ ਹੈ ਕਿ ਇੱਕ ਸੱਚਾਈ ਦੇ ਨਾਲ ਤੁਸੀਂ ਆਪਣੀ ਗੱਲ ਕਹਿ ਸਕੋ ਜਿਸ ਤਰ੍ਹਾਂ ਤੁਸੀਂ ਫੀਲ ਕਰਦੇ ਹੋ। ਐਂਡ ਸਤਵੰਜੀ ਨੇ ਜਿਹੜੀ ਬੜੀ ਸੋਹਣੀ ਗੱਲ ਯਾਦ ਕਰਾਈ ਹੈ ਕਿ ਇੱਕ ਬੜਾ ਅੱਛਾ ਮੌਕਾ, ਇਹ ਨਹੀਂ ਕਿ ਇਹ ਹੀ ਲਾਸਟ ਬੰਦੇ ਹੋਣਗੇ, ਕਦੀ ਵਰਕ ਪਲੇਸ 'ਤੇ ਕਦੀ ਹੋਰ ਰਿਸ਼ਤਿਆਂ ਦੇ ਵਿੱਚ ਕੋਈ ਐਸਾ ਬੰਦਾ ਹੋ ਸਕਦਾ ਜਿਹੜਾ ਕਿ ਤੁਹਾਨੂੰ ਕੰਟਰੋਲ ਕਰ ਰਿਹਾ। ਪਰ ਸੋ ਗੁੱਡ ਕਿ ਯੂ ਟੂ ਆਰ ਟੂਗੈਦਰ ਹੇਅਰ, ਹਸਬੈਂਡ ਵਾਈਫ ਦੋਨੋਂ ਇਕੱਠੇ ਹੋ। ਸੋ ਇਸ ਤੋਂ ਪਹਿਲੇ ਕਿ ਕੋਈ ਹੋਰ ਕੰਟਰੋਲਿੰਗ ਐਲੀਮੈਂਟ ਤੁਹਾਡੇ ਰਿਸ਼ਤੇ ਨੂੰ ਅਪਸੈਟ ਕਰੇ, ਤੁਸੀਂ ਦੋਨੋਂ ਇੱਕਜੁੱਟ ਹੋ ਕੇ ਉਸ ਦੇ ਨਾਲ ਜਿਵੇਂ ਇਹਨਾਂ ਦੀ ਸੁਜੈਸ਼ਨ ਦੇ ਹਿਸਾਬ ਨਾਲ ਲਿਖ ਕੇ ਆਪਣੀ ਗੱਲ ਕਰ ਦਿਓ, ਪਰ ਗੱਲ ਆਪਣੀ ਸਟ੍ਰੇਟ ਫੋਰਵਰਡ ਕਹੋ ਜ਼ਰੂਰ ਕਿ ਹਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਰਾਈਟ ਤਰੀਕੇ ਨਾਲ, ਔਰ ਤੁਸੀਂ ਕਾਲੇ ਨਾ ਪਾਓ, ਜੋ ਉਹਦੀ ਡੈਸਟਨੀ 'ਚ ਹੈ ਅਸੀਂ ਆਪਣੀ ਰਾਈਟ ਤਰੀਕਾ ਅਪਣਾ ਕੇ ਕੋਸ਼ਿਸ਼ ਕਰ ਰਹੇ ਹਾਂ, ਪਰ ਤੁਸੀਂ ਇੰਜ ਨਾ ਕਰੋ। ਸੋ ਗ੍ਰੇਟ, ਆਈ ਥਿੰਕ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ। ਮੈਂ ਤਾਂ ਅਰਵਿੰਦ ਜੀ, ਮੇਰੇ ਤਾਂ ਫੈਸਲੇ ਇਦਾਂ ਹੁੰਦੇ ਆ ਜਿਹੜੇ ਫਾਈਨਲੀ ਹੁੰਦੇ ਆ। ਹਾਂਜੀ, ਗੱਲ ਇਹ ਤੇ ਇਹ ਮੈਂ ਪੁੱਛਣਾ ਚਾਹਣਾ ਆ ਕਿ ਜਦੋਂ ਇਸ ਮਾਂ ਨੇ ਆਪਣੀ ਕੁੜੀ ਦਾ ਰਿਸ਼ਤਾ ਮੁੰਡੇ ਨਾਲ ਜੋੜਿਆ, ਉਦੋਂ ਮਨ ਬਣਾ ਲਿਆ ਸੀ ਕਿ ਮੈਂ ਉਹਨਾਂ ਦੇ ਘਰ ਕਬਜ਼ਾ ਕਰ ਲੈਣਾ ਜਾ ਕੇ? ਨਹੀਂ, ਕਬਜ਼ਾ ਨਹੀਂ ਕਰ ਰਹੇ ਹੋ, ਉਹ ਤਾਂ ਨਹੀਂ ਬਣਾਇਆ ਸੀ, ਫਾਦਰ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਇਹਨਾਂ ਨੇ ਫੀਲ ਕਰਕੇ ਔਰ ਆਫਕੋਰਸ ਰਾਈਟਫੁਲੀ ਫੀਲ ਕਰਕੇ ਉਹਨਾਂ ਨੂੰ ਇੱਥੇ ਬੁਲਾਇਆ, ਔਰ ਨਾ ਉਹ ਇਹਨਾਂ ਨੂੰ ਲੱਗਦਾ ਕਿ ਮੈਂ ਛੋਟੀ ਕੁੜੀ ਨੂੰ ਵੀ ਸੈੱਟ ਕਰਦਾ। ਸੈੱਟ ਕਰਨ ਦਾ ਇਹ ਵੀ ਹੱਕ ਵਿੱਚ ਨੇ ਕਿ ਸੈੱਟ ਹੋਣੀ ਚਾਹੀਦੀ ਹੈ, ਪਰ ਤਰੀਕਾ ਨਹੀਂ ਮੈਚ ਕਰ ਰਿਹਾ, ਤਰੀਕਾ ਜੋ ਉਹ ਅਪਣਾ ਰਹੇ ਨੇ ਉਹ ਇਹਨਾਂ ਨੂੰ ਸਹੀ ਨਹੀਂ ਲੱਗ ਰਿਹਾ। ਨਹੀਂ, ਮੈਂ ਸਾਰੀ ਗੱਲ ਸੁਣ ਲਈ ਹੈ, ਕੁੜੀ ਦਾ ਉਹਦਾ ਭਰਾ ਵੀ ਕਹਿੰਦੇ ਹੈਗਾ, ਉਹਦਾ ਮਾਤਾ ਦਾ ਮੁੰਡਾ ਵੀ ਕਹਿੰਦੇ ਹੈਗਾ ਇੱਕ। ਹਾਂਜੀ, ਇੰਡੀਆ ਹੈਗਾ, ਸੈਟਲਡ ਹੈ, ਬਹੁਤ ਅੱਛੀ ਜੌਬ ਕਰ ਰਿਹਾ ਆਪਣਾ, ਉਹ ਨਹੀਂ ਆਇਆ ਕਦੀ। ਨਹੀਂ ਨਹੀਂ ਨਹੀਂ, ਮੇਰੀ, ਚਲੋ ਮੈਂ ਸਾਰੀ ਗੱਲ ਸੁਣ ਲਈ ਆ, ਉਹ ਕਿਉਂ ਨਹੀਂ ਮਾਂ ਨੂੰ ਸਾਂਭਦਾ, ਭੈਣ ਨੂੰ ਸਾਂਭਦਾ? ਹੈ, ਉਹਦਾ ਫਰਜ਼ ਆ ਕੇ ਧੀ ਦੇ ਜੋ ਗੜ ਪਏ ਆ, ਇਹਦਾ ਘਰ ਵਿਗਾੜਨ ਲੱਗੇ, ਇਹ ਕਿੱਥੇ ਲਿਖਿਆ? ਉਹਨੂੰ ਚਾਹੀਦਾ ਵੀ ਉੱਥੇ ਜਾ ਕੇ ਬਹਿਣ, ਜੋ ਲੀਗਲੀ ਢੰਗ ਹੈਗਾ ਇਹ ਸਪੌਂਸਰ ਕਰ ਦੇਣ ਉਹਨਾਂ ਨੂੰ, ਮਾਂ ਨੂੰ, ਧੀ ਨੂੰ, ਜੋ ਲੀਗਲੀ ਇੱਥੇ ਦਾ ਹੱਕ ਹੈਗਾ ਆ। ਟਰਨ ਆ ਜਾਊਗੀ, ਕੁੜੀ ਆ ਜਾਊਗੀ, ਮਾਂ ਆ ਜਾਊਗੀ, ਤੇ ਵਿੱਚ ਵਿਚਾਲੇ ਜੇ ਕੋਈ ਰਿਸ਼ਤਾ ਮਿਲ ਵੀ ਜਾਊਗਾ
ਤੇ ਨਿਗਾਹ ਰੱਖਣਗੇ ਜੀ, ਥੋੜੋ ਦੇ ਮਾਂ ਦੀ ਭਾਰੀ ਪੈ ਜਾਵੇ ਉਹਨਾਂ ਦੇ ਵੀ ਮੈਂ ਕਰਕੇ ਭੇਜੋ ਮੇਰੀ ਕੁੜੀ ਦਾ। ਏਦਾਂ ਸਾਡੇ ਮੈਂ ਅਸੀਂ ਤਾਂ ਮੁੰਡੇ ਮੁੰਡੇ ਵੀ ਲਿਆਂਦੇ ਜਿਹੜੇ ਕੁੜੀਆਂ ਵੀ ਲਿਆਂਦੀਆਂ, ਉਹਨਾਂ ਦੇ ਮਾਪੇ ਵੀ ਲਿਆਂਦੇ ਆ, ਭੈਣ ਭਰਾ ਵੀ ਲਿਆਂਦੇ ਆ, ਸਹੀ ਤਰੀਕੇ ਲਿਆਂਦੇ। ਇੱਕ ਇਹ ਸੜ ਗਿਆ ਸੀ ਇਹਦੇ ਇਸ ਮਾਤਾ ਵਰਗਾ, ਉਹ ਵੀ ਏਦਾਂ ਸੀਗਾ, ਇੱਕ ਕੁੜੀ ਇੰਡੀਆ ਰਹਿ ਗਈ, ਇੱਕ ਕੁੜੀ ਵਿਆਹਤੀ ਕਨੇਡਾ, ਉਹਨੇ ਪੁਰਾਣੀ ਗੱਲ ਹੈ, ਤੇ ਉਹ ਵੀ ਏਦਾਂ ਮਾਂ ਭਾਰੀ ਪੈ ਗਈ ਆ ਕੇ। ਉਹ ਮੁੰਡਾ ਕਹਿੰਦਾ ਮਾਤਾ ਇੱਕੋ ਗੱਲ ਹੋ ਸਕਦੀ, ਮੈਂ ਇਹਨੂੰ ਡਿਵੋਰਸ ਕਰ ਦਿੰਦਾ ਆਪਣੀ ਨੂੰ, ਤੇ ਇਹ ਸਿਟੀਜ਼ਨ ਹੋ ਗਈ ਆ, ਤੇਰੀ ਚੋਟੀ ਨਾਲ ਵਿਆਹ ਕਰਕੇ ਲੈ ਆਉਣਾ, ਉਹ ਤਰੀਕਾ ਕੋਈ ਨੀਗਾ, ਇੱਥੇ ਲਿਆ ਕੇ ਬਾਅਦ ਚ ਦੇਖ ਲਾਂਗੇ। ਉਹ ਫਿਰ ਉਹਨਾਂ ਨੇ ਏਦਾਂ ਹੀ ਕੀਤੀ, ਫਿਰ ਉਹ ਮਾਮਾ ਧੀਆਂ ਮੰਨ ਗਈਆਂ। ਉਹ ਜਿਸ ਲਈ ਉਹ ਚੋਟੀ ਲੈ ਆਉਂਦੀ ਉਹਨੇ, ਤੇ ਮੁੜ ਕੇ ਵੱਡੀ ਨਾਲ ਗੱਲ ਹੀ ਨੀ ਕੀਤੀ ਮੁੰਡੇ ਨੇ, ਜਾਂ ਤੇ ਏਦਾਂ ਹੋਵੇ। ਹੋਰ ਵਿੱਚ ਮਾਮਾ ਧੀਆਂ ਵੱਡੀਆਂ ਵੱਖਰੀ ਰਹਿੰਦੀਆਂ, ਜਿਹੜੀ ਪਹਿਲੋ ਲਿਆਂਦੀ ਸੀ ਹੁਣ ਛੋਟੀ ਨਾਲ ਰਹਿ ਜਾਂਦੇ, ਪਰਮਾਨੈਂਟ 10-12 ਸਾਲ ਹੋ ਗਏ। ਏਦਾਂ ਏਦਾਂ ਹੁੰਦਾ ਵੀ ਮਾਂ ਦਾ ਹੱਕ ਥੋੜੋ ਆ ਵੀ ਆ ਕੇ ਉਹਦਾ ਘਰ ਹੀ ਖਰਾਬ ਕਰੀ ਜਾਵੇ ਆਪਣੀ ਧੀ ਦਾ। ਬਹੁਤ ਵਧੀਆ ਗਿਆਨ ਸਿੰਘ ਜੀ, ਥੈਂਕ ਯੂ ਸੋ ਮਚ। ਛੋਟੀ ਜੀ ਬ੍ਰੇਕ ਲੈਣੀ ਪਏਗੀ, ਵਾਪਸ ਹਾਜ਼ਰ ਹੋਣੇ ਆ। ਸਾਰਿਆਂ ਦਾ ਫਿਰ ਸਵਾਗਤ ਹੈ। ਆਈ ਨੋ ਇੱਕ ਸਿੰਪਲ ਸਿਚੁਏਸ਼ਨ ਜਿਸ ਤਰ੍ਹਾਂ ਗਿਆਨ ਸਿੰਘ ਜੀ ਕਹਿ ਰਹੇ, ਕਿੰਨੀ ਕੰਪਲੀਕੇਟ ਹੋ ਸਕਦੀ ਹੈ, ਕਿੰਨਾ ਮਤਲਬ ਅਨਬਿਲੀਵੇਬਲ ਕਿ ਕੋਈ ਸਿਚੁਏਸ਼ਨ ਬਣ ਸਕਦੀ ਹੈ ਅਗਰ ਤੁਹਾਨੂੰ ਰਾਈਟ ਟਾਈਮ 'ਤੇ ਤੁਸੀਂ ਐਕਟ ਨਹੀਂ ਕਰਦੇ, ਰਾਈਟਫੁਲੀ ਐਕਟ ਨਹੀਂ ਕਰਦੇ। ਸੋ ਸਤਵੰਤ ਜੀ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਤੁਸੀਂ ਟੇਕ ਕੰਟਰੋਲ। ਸੁਦਰਸ਼ਨ ਜੀ ਨੇ ਵੀ ਕਿਹਾ ਸੀ ਬੁਰੇ ਬਣਦੇ ਹੋ ਚੁੜਦੇ, ਡੋਂਟ ਥਿੰਕ ਦੈਟ, ਪਰ ਤੁਹਾਨੂੰ ਇਹ ਕਰਨਾ ਪੈਣਾ, ਉਹਨਾਂ ਨੂੰ ਦੱਸੋ ਇਹ ਤਰੀਕਾ ਨਹੀਂ ਠੀਕ, ਜਦੋਂ ਹੋਏਗਾ ਅਸੀਂ ਕਰਾਂਗੇ, ਤੁਸੀਂ ਆਪਣੇ ਘਰ ਜਾਓ ਅਤੇ ਅਸੀਂ ਯੂ ਨੋ ਵਿਲ ਟੇਕ ਕੇਅਰ ਆਫ ਇਟ। ਕਿਉਂਕਿ ਕੋਈ ਵੀ ਜਿਹੜਾ ਅਨੋਇੰਗ ਐਲੀਮੈਂਟ, ਇੱਕ ਅਸੀਂ ਸਾਰੇ ਆਪਣੇ ਪੇਰੈਂਟਸ ਦੀ ਬਹੁਤ ਰਿਸਪੈਕਟ ਕਰਨਾ ਚਾਹੁੰਦੇ ਹਾਂ, ਕਰਦੇ ਹਾਂ, ਕਰਨੀ ਚਾਹੀਦੀ ਹੈ, ਪਰ ਅਗਰ ਕੋਈ ਅਨੋਇੰਗ ਰਿਸ਼ਤਿਆਂ ਦੇ ਵਿੱਚ ਕੁਛ ਗੜਬੜ ਹੋਏ, ਸੋ ਪਹਿਲੇ ਤੁਸੀਂ ਉਹਨੂੰ ਕਹਿੰਦੇ ਨਾ ਪਹਿਲੇ ਆਪ ਨੂੰ ਪ੍ਰੋਟੈਕਟ ਕਰ ਲਓ, ਫਿਰ ਕਿਸੇ ਹੋਰ ਦਾ ਕੁਛ ਸਵਾਰਿਓ। ਬਹੁਤ ਇੰਪੋਰਟੈਂਟ ਹੈ। ਲੈਟਸ ਸੀ ਕੁਇਕਲੀ ਕੀ ਕਹਿ ਰਹੇ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਜਸਬੀਰ ਕੌਰ ਡੋਲੀ ਬੋਲ ਰਹੀ ਹਾਂ। ਹਾਂਜੀ ਜਸਬੀਰ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਜਸਟ ਇੰਨਾ ਸਮਝ ਰਹੀ ਸੀ ਕਿ ਕਿਸੇ ਵੀ ਸਿਚੁਏਸ਼ਨ ਨੂੰ ਆਪਣੇ ਤੇ ਲੈ ਕੇ ਜਦੋਂ ਸਿੱਖਾਂਗੇ, ਤੇ ਤਦ ਮੈਂ ਸੋਚ ਰਹੀ ਸੀ ਕਿ ਇੱਥੇ ਅਸੀਂ ਇਹ ਦੇਖਣਾ ਹੈ ਕਿ ਸਾਡੀ ਡਿਸੀਜਨ ਪਾਵਰ ਕਿੰਨੀ ਹੈ। ਤੇ ਮੈਨੂੰ ਇੰਝ ਲੱਗ ਰਿਹਾ ਸੀ ਕਿ ਕੁਛ ਇਹ ਵਾਲੇ ਵਰਡਸ ਪਹਿਲੇ ਆਪਣੇ ਅੰਦਰ ਆਣ ਹੀ ਨਾ ਦਈਏ ਨਾ, ਕਿ ਮੈਂ ਬੁਰਾ ਬਣਾਂਗਾ ਜਾਂ ਚੰਗਾ ਬਣਾਂਗਾ। ਉਹ ਤੇ ਮੇਰਾ ਮੋਟਿਵ ਹੀ ਨਹੀਂ ਹੈ, ਮੇਰਾ ਤੇ ਕੰਸਰਨ ਆ ਅਗਰ ਉਹ ਉਹਨਾਂ ਦੀ ਬੇਟੀ ਹੈ ਤੇ ਮੇਰੀ ਤੇ ਭੈਣ ਹੈ, ਪਰ ਮੈਂ ਉੱਥੇ ਬੁਲਾਇਆ, ਮੈਂ ਕੰਸਰਨ ਹੋ ਕੇ ਬੁਲਾਇਆ। ਸੋ ਮੈਂ ਪੂਰੇ ਵਿੱਚ ਇਹ ਸਮਝਾਂਗਾ ਕਿ ਸਭ ਤੋਂ ਪਹਿਲਾਂ ਮੈਂ ਉਹਨਾਂ ਨਾਲ ਉਹਨਾਂ ਦੀ ਗੋਡੀ ਬਹਿ ਕੇ ਉਹਨਾਂ ਨੂੰ ਪਿਆਰ ਨਾਲ ਗੱਲ ਕਰਾਂਗਾ ਜ਼ਰੂਰ ਮੈਂ, ਔਰ ਹਰ ਕਿਸੇ ਨਾਲ ਮੈਨੂੰ ਇੰਜੋਏ ਕਰਨੀ ਹੈ। ਮੈਂ ਸੋਚ ਕੇ ਨਹੀਂ ਕਰਨੀ ਕਿ ਮੈਂ ਚੰਗਾ ਬਣਨ ਵਾਸਤੇ ਤੇ ਬੁਲਾਇਆ ਹੀ ਨਹੀਂ, ਮੈਂ ਤੇ ਸਿਰਫ ਕੰਸਰਨ ਹੋ ਕੇ ਬੁਲਾਇਆ। ਤੋ ਉਹੀ ਉਹ ਕੰਸਰਨ, ਉਹੀ ਉਹ ਪਿਆਰ, ਉਹੀ ਉਹ ਕੇਅਰ ਮੈਨੂੰ ਉਹਨਾਂ ਨੂੰ ਐਕਸਪ੍ਰੈਸ ਕਰਨੀ ਹੈ ਕਿ ਤੁਸੀਂ ਜਿੰਨੇ ਕੰਸਰਨ ਹੋ ਉਨੀ ਮੈਂ ਵੀ ਹਾਂ, ਮੇਰੀ ਭੈਣ ਆ, ਤੁਹਾਡੀ ਧੀ ਹੈਗੀ ਹੈ ਤੇ ਮੈਂ ਵੀ ਇਹਦੀ ਵੱਡੀ ਮਾਂ ਵਾਂ, ਮੈਂ ਸੋਚੀ ਮੈਂ ਵੱਡੀ ਭੈਣ ਆ ਤੇ ਮੈਨੂੰ ਇਸ ਜਗ੍ਹਾ ਦਾ ਸਾਰਾ ਪਤਾ ਹੈ। ਇਸ ਕਰਕੇ ਮੈਂ ਤੁਹਾਨੂੰ ਬੜੇ ਆਰਾਮ ਨਾਲ ਪਿਆਰ ਨਾਲ ਸਮਝਾਉਣਾ ਚਾਹੁੰਦੀ ਹਾਂ ਮੰਮੀ ਜੀ, ਤੁਸੀਂ ਇਹ ਨਾ ਸੋਚੋ ਕਿ ਇਹ ਇੱਕ ਮਿੰਟ ਦਾ ਖੇਡ ਹੈਗਾ, ਤੇ ਇਹਨਾਂ ਦੇ ਇਹਨਾਂ ਕੰਮਾਂ ਦੇ ਇਹ ਨੁਕਸਾਨ ਹੁੰਦੇ ਨੇ। ਰਾਈਟ, ਕਨਸੀਕੁਐਂਸਸ ਉਹਨਾਂ ਨੂੰ ਦੱਸੋ ਕਿ ਕੀ ਕਨਸੀਕੁਐਂਸਸ ਹੋ ਸਕਦੇ ਨੇ ਗਲਤ ਸਟੈਪ ਦੇ। ਹਾਂਜੀ ਹਾਂ, ਤੇ ਜਦੋਂ ਮੈਂ ਕਨਸੀਕੁਐਂਸਸ ਦੱਸ ਰਹੀ ਹਾਂ ਤੇ ਮੈਂ ਇਹ ਵੀ ਸਮਝ ਰਹੀ ਹਾਂ ਕਿ ਇਹ ਕਨਸੀਕੁਐਂਸਸ ਜਦੋਂ ਅਗਰ ਵਾਪਰ ਗਏ ਤੇ ਉਹਦੇ ਨਾਲ ਅਸੀਂ ਪੂਰੀ ਫੈਮਿਲੀ ਆਊਟ ਹੋਵਾਂਗੇ। ਰਾਈਟ, ਤੇ ਸਾਨੂੰ ਅਸੀਂ ਉਹ ਵੀ ਫੀਲਿੰਗ ਐਕਸਪ੍ਰੈਸ ਕਰਨੀ ਹੈ, ਔਰ ਜਦੋਂ ਸਾਨੂੰ ਇਹ ਫੀਲਿੰਗ ਐਕਸਪ੍ਰੈਸ ਕਰਨੀ ਇੱਕ ਵਾਰੀ ਆ ਗਈ, ਅੱਗੋਂ ਦੀ ਅਸੀਂ ਹੋਰ ਸਿਚੁਏਸ਼ਨ ਆਤੇ ਵੀ ਡੀਲ ਕਰਨ ਆ। ਇਸ ਟਾਈਮ ਤੇ ਇਹ ਸਿਰਫ ਸਾਡੀ ਆ ਜਿਹੜੀ ਕੁਐਸਚਨਿੰਗ ਹੈਗੀ ਹੈ ਜਾਂ ਕੁਛ ਹੈ, ਇਹ ਮੇਰੀ ਵੀਕਨੈਸ ਹੈ ਜੀ ਜੀ ਜੀ, ਔਰ ਮੈਂ ਵੀਕ ਹਾਂ, ਨਹੀਂ ਮੇਰੀ ਡਿਸੀਜਨ ਪਾਵਰ ਵੀਕ ਹੈਗੀ ਹੈ। ਇਸ ਕਰਕੇ ਮੈਂ ਸੋਚ ਰਿਹਾ ਕਿ ਉਹ ਬੁਰਾ ਮੰਨਣਗੇ, ਕਿਉਂ ਬੁਰਾ ਮੰਨਣਗੇ, ਜਦੋਂ ਮੈਂ ਢੰਗ ਦੀ ਗੱਲ ਕਰਾਂਗਾ ਤੇ ਕੋਈ ਕਿਉਂ ਬੁਰਾ ਮੰਨੇਗਾ। ਬਹੁਤ ਵਧੀਆ ਜਸਬੀਰ ਜੀ, ਬਹੁਤ ਵਧੀਆ, ਦੈਟਸ ਰੀਅਲੀ ਗੁੱਡ ਟਿਪ ਕਿ ਕਿਸ ਤਰ੍ਹਾਂ ਗੱਲ ਕਰਨੀ ਹੈ। ਤੁਸੀਂ ਇਹਨੂੰ ਵੀ ਇਹ ਵੀ ਉਹਨਾਂ ਨੂੰ ਦੱਸ ਰਹੇ ਹੋ ਕਿ ਕਰਨੀ ਕਿਸ ਤਰ੍ਹਾਂ, ਕਿਸ ਸੋਚ ਨਾਲ ਤੁਸੀਂ ਬੈਠਣਾ, ਔਰ ਯੂ ਨੋ ਜਸਟ ਫੀਅਰ ਨਹੀਂ ਕਰੋ, ਐਂਡ ਜਸਟ ਬਿਕੋਜ਼ ਯੋਰ ਇੰਟੈਂਸ਼ਨਸ ਯੂ ਰਾਈਟ। ਅਸੀਂ ਹਰ ਰਿਲੇਸ਼ਨ ਵਿੱਚ, ਹਰ ਜਗ੍ਹਾ, ਹਰ ਸਿਚੁਏਸ਼ਨ ਤੇ ਗੱਲ ਜ਼ਰੂਰ ਕਰਨੀ ਹੈ, ਔਰ ਉਹ ਗੱਲ ਕਰਨੀ ਹੀ ਮੇਰੀ ਸਟਰੈਂਥ ਹੈਗੀ ਹੈ। ਬਹੁਤ ਵਧੀਆ, ਤੇਰੇ ਵਰਡਸ ਕਰਨੇ ਨੇ, ਉਹ ਕਮਿਊਨੀਕੇਸ਼ਨ ਦਾ ਤਰੀਕਾ ਜਿਹੜਾ ਹੈ ਨਾ, ਉਹ ਬਹੁਤ ਸੋਹਣਾ ਹੋਣਾ ਚਾਹੀਦਾ, ਜਿਹਦੇ ਨਾਲ ਮੈਂ ਵੀ ਖੁਸ਼ ਹੋ ਜੀ। ਬਹੁਤ ਵਧੀਆ, ਮੇਰੀ ਵੀ ਤੇ ਖੁਸ਼ੀ ਹੈ ਨਾ ਜੀ।
ਥੈਂਕ ਯੂ ਸੋ ਮਚ, ਰੀਅਲੀ ਐਪਰੀਸ਼ੀਏਟ ਦਿਸ ਕਾਲ। ਹੋਰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਏ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦ ਦਾ ਫੋਨ ਨੰਬਰ ਦਿਓਗੇ? ਹਾਂਜੀ, ਮੈਂ ਬੋਲ ਰਹੀ ਹਾਂ ਜੀ, ਦੱਸੋ ਕੌਣ ਬੋਲ ਰਹੇ ਹੋ? ਤੁਹਾਡੀ ਗੱਲ ਸਾਰੇ ਸੁਣ ਰਹੇ ਨੇ। ਓ ਅੱਛਾ ਜੀ, ਤੁਸੀਂ ਗਿਆਨ ਸਿੰਘ ਦਾ ਨੰਬਰ ਜਾਂ ਮੈਨੂੰ ਦੇ ਦਿਓ ਜਾਂ ਮੇਰਾ ਨੰਬਰ ਉਹਨਾਂ ਨੂੰ ਦੇ ਦਿਓ ਜੀ। ਮੈਂ ਕੋਸ਼ਿਸ਼ ਕਰਾਂਗੀ, ਮੈਂ ਪਾਸ ਔਨ ਕਰ ਦਾਂਗੀ ਜਦੋਂ ਗਿਆਨ ਸਿੰਘ ਜੀ ਦਾ ਆਏ। ਹੋਰ ਕੁਝ ਅੱਜ ਵਾਸਤੇ ਤੁਸੀਂ ਕਹਿਣਾ ਹੈ? ਨਹੀਂ ਜੀ। ਠੀਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਬਹੁਤ ਯੂ ਨੋ ਅੱਛੀਆਂ ਰਾਏ ਇੱਕ ਤਰ੍ਹਾਂ ਨਾਲ ਸਮਝਾਇਆ ਸਾਰਿਆਂ ਨੇ, ਬਹੁਤ ਵਧੀਆ। ਆਈ ਥਿੰਕ ਜਿਵੇਂ ਡੋਲੀ ਜੀ, ਸਤਵੰਤ ਜੀ, ਨਸੀਬ ਜੀ, ਸੁਦਰਸ਼ਨ ਜੀ ਨੇ ਸਭ ਨੇ ਬੜਾ ਕਲੀਅਰਲੀ, ਜਿਹੜਾ ਮੈਂ ਨਾਮ ਨਹੀਂ ਲੈ ਰਹੀ ਦੁਬਾਰਾ, ਪਲੀਜ਼ ਡੋਂਟ ਗੈਟ ਦਿਸ ਥਿੰਗ, ਪਰ ਸਾਰਿਆਂ ਨੇ ਮਿਲ ਕੇ ਮੇਰੇ ਖਿਆਲ ਬੜੀ ਸੋਹਣੀ ਪਿਕਚਰ ਤੁਹਾਨੂੰ ਦੱਸੀ ਹੈ ਕਿ ਕਹਿਣਾ ਕਿਵੇਂ ਹੈ। ਕਿਉਂਕਿ ਚਾਰ ਸਾਲ ਵਿਆਹ ਹੋਏ ਹਾਂ, ਅਸੀਂ ਸਮਝਦੇ ਹਾਂ ਕਿ ਤੁਸੀਂ ਯੂ ਨੋ ਆਪਣੀ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਇੱਕ ਤਰ੍ਹਾਂ ਨਾਲ ਬੱਚੇ ਹੋ, ਇਹ ਵੀ ਇੱਕ ਸਿਚੁਏਸ਼ਨ ਆਈ ਹੈ, ਐਂਡ ਸਾਰਿਆਂ ਨੇ ਬਹੁਤ ਵਧੀਆ ਦੱਸਿਆ, ਔਰ ਸਾਡੇ ਸਾਰਿਆਂ ਵਾਸਤੇ ਵੀ ਇੱਕ ਰਿਮਾਈਂਡਰ ਹੈ ਕਿ ਗੱਲ ਕਰਨੀ ਕਿਵੇਂ ਹੈ। ਔਰ ਜਦੋਂ ਸਾਡੀਆਂ ਬੈਸਟ ਇੰਟੈਂਸ਼ਨਸ, ਅਸੀਂ ਸ਼ੋਰ ਹੈਗੀਆਂ ਸਾਡੀਆਂ ਬੈਸਟ ਇੰਟੈਂਸ਼ਨਸ ਹੈ, ਤਾਂ ਫਿਰ ਫਿਕਰ ਦੀ ਗੱਲ ਨਹੀਂ, ਫਿਰ ਫੀਅਰ ਨਹੀਂ, ਫਿਰ ਬਸ ਗੱਲ ਪਿਆਰ ਨਾਲ ਕਰਨੀ ਹੈ, ਅਤੇ ਸੋਹਣੀ ਤਰ੍ਹਾਂ ਕਰਨੀ ਹੈ, ਔਰ ਆਪਣਾ ਸਮਝ ਕੇ ਕਰਨੀ ਹੈ। ਅਤੇ ਫਿਰ ਮੇਰੇ ਖਿਆਲ ਇਹ ਵੀ ਇੰਪੋਰਟੈਂਟ ਨਹੀਂ ਰਹਿੰਦਾ ਕਿ ਕੁੜੀ ਕਰੇ ਕਿ ਮੁੰਡਾ ਕਰੇ ਕਿ ਕੌਣ ਕਰੇ, ਉਹ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਧੀ ਨੇ ਕਰਨੀ ਹੈ ਕਿ ਜਵਾਈ ਨੇ ਕਰਨੀ ਹੈ। ਪਰ ਜਦ ਇੰਟੈਂਸ਼ਨਸ ਬੈਸਟ ਹੈ, ਤਾਂ ਫਿਰ ਡਰ ਦੀ ਕੋਈ ਗੱਲ ਨਹੀਂ, ਫਿਰ ਤੁਸੀਂ ਆਰਾਮ ਨਾਲ ਉਹਨਾਂ ਨੂੰ ਕਹਿ ਸਕਦੇ ਹੋ ਕਿ ਹਾਂ, ਦਿਸ ਇਜ਼ ਵਾਟ ਇਟ ਇਜ਼। ਐਂਡ ਸਤਵੰਤ ਜੀ ਦੀ ਗੱਲ ਉਹ ਵੀ ਵਧੀਆ ਕਿ ਬਈ ਕੋਈ ਵੀ ਤੁਹਾਡੀ ਸਿਚੁਏਸ਼ਨ, ਤੁਹਾਡੇ ਹਾਰਮਨੀ ਨੂੰ, ਤੁਹਾਡੀ ਲਾਈਫ ਦੀ ਹਾਰਮਨੀ, ਤੁਹਾਡੀ ਫੈਮਿਲੀ ਦੀ ਹਾਰਮਨੀ ਨੂੰ ਅਗਰ ਕੁਛ ਡਿਸਟਰਬ ਕਰ ਰਿਹਾ, ਭਾਵੇਂ ਕੋਈ ਬੰਦਾ ਕਰ ਰਿਹਾ ਜਾਂ ਕੋਈ ਥੋਟ ਕਰ ਰਹੀ ਹੈ, ਤੁਹਾਡੇ ਦਿਮਾਗ 'ਚ ਆ ਰਹੀ ਹੈ ਕਿ ਅਨੋਇੰਗ ਹੈ, ਤਰੀਕਾ ਠੀਕ ਨਹੀਂ ਹੈ, ਉਹਦਾ ਤੁਹਾਨੂੰ ਪੂਰਾ ਹੱਕ ਹੈ। ਔਰ ਬਸ ਤਰੀਕਾ ਇੱਕ ਪਿਆਰ ਨਾਲ ਆਪਣਾ ਅੱਗੇ ਐਕਸਪ੍ਰੈਸ ਕਰਨਾ ਸਿੱਖਣਾ ਪਏਗਾ, ਸਟਾਰਟਡ ਫਰੋਮ ਨਾਓ। ਆਈ ਥਿੰਕ ਇਹ ਬੜਾ ਅੱਛਾ ਟਿਪ ਹੈ ਸਾਰਿਆਂ ਵਾਸਤੇ। ਸੋ ਜ਼ਰੂਰ ਤੁਸੀਂ ਸਾਨੂੰ ਦੱਸਿਓ ਕਿ ਤੁਸੀਂ ਗੱਲ ਕੀਤੀ ਔਰ ਉਹਦਾ ਕੀ ਰਿਹਾ, ਲਿਖ ਕੇ ਕਰੋ ਜਿਵੇਂ, ਬੇਸ਼ੱਕ ਜਿਸ ਤਰ੍ਹਾਂ ਮਰਜ਼ੀ ਕਰੋ, ਪਰ ਤੁਸੀਂ ਬੇਫਿਕਰ ਹੋ ਜਾਓ, ਤੁਸੀਂ ਆਪਣਾ ਪਿਆਰ ਦਾ, ਆਪਣਾ ਰਿਲੇਸ਼ਨਸ਼ਿਪ ਯੂ ਨੋ ਕੰਟੀਨਿਊ ਰੱਖੋ, ਅੱਗੇ ਹੋਰ ਬੜੀ ਜ਼ਿੰਦਗੀ ਪਈ ਹੈ ਤੁਹਾਡੀ। ਸਾਡੀ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ, ਯੂ ਹੈਵ ਗੁੱਡ ਹਾਰਟ, ਅਤੇ ਤੁਸੀਂ ਫਿਕਰ ਨਹੀਂ ਕਰੋ, ਅਤੇ ਬਸ ਆਪਣੀ ਗੱਲ ਕਵੋ ਜ਼ਰੂਰ, ਔਰ ਬਾਕੀ ਯੂ ਨੋ ਲੀਵ ਇਟ ਟੂ ਅਪ ਟੂ ਹਿਮ, ਉਹ ਅਕਾਲ ਪੁਰਖ ਹੈਗਾ, ਤੁਸੀਂ ਆਪਣਾ ਵਧੀਆ ਕਰਦੇ ਰਹੋ। ਅੱਜ ਵਾਸਤੇ ਇੰਨਾ ਹੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।